ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਹੈ। 15, 16, 17, 18 ਮਈ ਇਹ 4 ਦਿਨ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ, ਹਰਿਆਣਾ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਵੀ ਆਪ ਜੀਆਂ ਨੇ 4 ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚਣਾ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ 250 ਸਿੰਘ ਸ਼ਹੀਦ ਕਰਵਾਉਣੇ ਮਨਜ਼ੂਰ ਕਰ ਲਏ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਪਿਆਰ ਵਾਲਿਓ, ਗੁਰੂ ਕਲਗੀਧਰ ਪਿਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਔਰ ਪਿਤਾ ਜੀ ਦੇ ਕੋਲੋਂ ਝੋਲੀਆਂ ਭਰਵਾਉਣ ਦਾ ਸਮਾਂ। 4 ਦਿਨ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ। ਮੈਂ ਜਿਵੇਂ ਕਈ ਵਾਰੀ ਕੀਰਤਨ ਦੇ ਵਿੱਚ ਵੀ ਬੇਨਤੀ ਕਰਦਾ, ਸਤਿ ਸੰਗਤ ਜੀ, ਤੁਸੀਂ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਮੇਰੀ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵੇਂ ਵੀ ਛੱਡ ਕੇ 4 ਦਿਨ ਆਓ ਅੰਮ੍ਰਿਤ ਵੇਲੇ ਇਸ ਅਸਥਾਨ ਵਿਖੇ ਜੋ ਕਥਾ ਕੀਰਤਨ ਦੇ ਦੀਵਾਨ ਦੇ ਵਿੱਚ ਜੁੜੀਏ, ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਾਓ। ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ 4 ਦਿਨ ਅੰਮ੍ਰਿਤ ਵੇਲੇ ਆ ਕੇ ਹਾਜ਼ਰੀ ਭਰ ਲਓ। ਤੁਹਾਡੇ ਇੱਕ ਇੱਕ ਦੀ ਅਰਦਾਸ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਬੂਲ ਕਰ ਲੈਣਗੇ। 4 ਦਿਨ 15, 16, 17, 18 ਮਈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ ਵਿਖੇ ਆਓ। ਸਾਰੇ ਜੁੜੀਏ, ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ। ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ, ਔਰ ਇਸ ਸਮਾਗਮ ਦੀ ਜਾਣਕਾਰੀ ਦੇ ਲਈ ਤੁਹਾਡੇ TV ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਆਪ ਜੀ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ, 20 ਤਰੀਕ ਆ ਰਹੀ ਹੈ, ਔਰ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਇਸ ਵਾਰੀ ਵੀ ਇਹ ਦੀਵਾਨ 7:30 ਤੋਂ 9:30 ਵਜੇ ਤੱਕ ਜੋ ਸਜਾਏ ਜਾਣਗੇ, ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨੇਮਰ ਬੇਨਤੀ ਕਰਦਾ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਇੱਥੇ ਖੇਡਦੇ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਔਰ ਵੇਖੋ ਕਿੱਡਾ ਪਿਆਰਾ ਇਹ ਅਸਥਾਨ ਹੈ। ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ, ਆਪ ਜੀਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 20 ਤਰੀਕ ਨੂੰ ਰਾਤ ਨੂੰ 7 ਵਜੇ ਤੱਕ, ਲਾਸਟ 7 ਵਜੇ ਤੱਕ ਸਾਰੇ ਪਰਿਵਾਰਕ ਮੈਂਬਰਾਂ ਨੇ ਇਸ ਅਸਥਾਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਭੁੱਲਿਓ ਨਾ, ਅਸੀਂ 20 ਤਰੀਕ ਕਿਉਂ ਰੱਖਦੇ ਹਾਂ, ਜਿਵੇਂ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਸ਼ੁਰੂ ਕੀਤਾ ਸੀ, ਅਸੀਂ ਉਸੇ ਲੰਗਰ ਨੂੰ ਸਮਰਪਿਤ ਕਰਕੇ 20 ਤਰੀਕ ਇਹ ਰੱਖੀ ਹੋਈ ਹੈ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਜਿਹੜਾ ਵੀ 20 ਤਰੀਕ ਨੂੰ ਆ ਕੇ ਹਾਜ਼ਰੀ ਭਰਦਾ, ਉਹਦੇ ਘਰ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਗੁਰੂ ਨਾਨਕ ਲੰਗਰਾਂ ਦੀ ਤੋਟਾ ਨਹੀਂ ਰਹਿਣ ਦਿੰਦੇ। ਉਹਨਾਂ ਦੇ ਘਰਾਂ ਦੇ ਵਿੱਚ ਕਦੀ ਚੁੱਲ੍ਹੇ ਬੰਦ ਨਹੀਂ ਹੁੰਦੇ, ਇਹੋ ਜਿਹੀਆਂ ਬਰਕਤਾਂ ਪਾਉਂਦੇ ਨੇ। ਉਹਨਾਂ ਦੇ ਪਰਿਵਾਰ ਇਕੱਲਾ ਪੇਟ ਭਰ ਕੇ ਭੋਜਨ ਨਹੀਂ ਕਰਦੇ ਪਿਆਰੇ, ਉਹ ਉਹਨਾਂ ਨੂੰ ਕਈ ਕਈ ਹਜ਼ਾਰਾਂ ਹਜ਼ਾਰਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ, ਜਿਹੜੇ ਆ ਕੇ ਇਸ ਸਮਾਗਮ ਦੇ ਵਿੱਚ 20 ਤਰੀਕ ਨੂੰ ਕੌਲਸਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਨੇ। ਆਓ, ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਸਾਰੀ ਸੰਗਤ ਰਲ ਮਿਲ ਕੇ 7:30 ਤੋਂ 9:30 ਵਜੇ ਤੱਕ ਇਸ ਪਾਵਨ ਪਵਿੱਤਰ ਸਥਾਨ 'ਤੇ ਰਲ ਮਿਲ ਕੇ ਗੁਰੂ ਪਿਤਾ ਦੇ ਗੁਣ ਗਾਈਏ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦ ਦਾ ਆਨੰਦ ਲੈ ਰਹੇ ਨੇ ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਇਸ ਚੈਨਲ ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬਹੁਤ ਸਾਰੇ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਔਰ ਜੁੜ ਰਹੇ ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਣਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਯੂਟਿਊਬ ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ ਜਿਹੜੇ ਲਾਈਵ ਦੇਖ ਰਹੇ ਹੋ ਬਚਨ ਮੰਨੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੱਡੀ ਸੇਵਾ ਨਿਭਾਓ ਟੁੱਟਿਆਂ ਨੂੰ ਜੋੜਨ ਦੀ ਔਰ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਇਹ ਚੈਨਲ ਸਬਸਕ੍ਰਾਈਬ ਕਰ ਲਓ ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬਾਪੂ ਜੀ ਬੈਠੇ ਚਰਣਾਂ 'ਚ ਬੈਠੇ ਬਾਬਾ ਦੀਪ ਸਿੰਘ ਜੀ ਬਹੁਤ ਦੂਰੋਂ ਦੂਰੋਂ ਪਿਆਰ ਦੇ ਬੱਜੇ ਤੁਸੀਂ ਚੱਲ ਕੇ ਆਉਂਦੇ ਹੋ ਮੈਨੂੰ ਤਾਂ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਏਡੀ ਏਡੀ ਦੂਰੋਂ ਜੇ ਤੁਸੀਂ ਮੈਨੂੰ ਨਾ ਮਿਲੋ ਨਹੀਂ ਪਤਾ ਲੱਗਦਾ ਸ਼ਹਿਰਾਂ ਦਾ ਰਾਜਸਥਾਨ ਤੋਂ ਪਿਆਰੇ ਗੁਰਮੁਖ ਸਾਰੇ ਬੈਠੇ ਨੇ ਇਹ ਕੱਲ੍ਹ ਦੇ ਆਏ ਨੇ ਇੱਥੇ ਕੋਈ ਕਿੱਥੋਂ ਚੱਲ ਕੇ ਆਉਂਦਾ ਕੋਈ ਕਿੱਥੋਂ ਕੋਈ ਦਿੱਲੀਓਂ ਕੋਈ ਕਿੱਥੋਂ ਅਤੇ ਜਿਹੜੇ ਨੇੜੇ ਨੇੜੇ ਵਾਲੇ ਰੂਟੀਨ ਵਾਲੇ ਹੋ ਤੁਸੀਂ ਤਾਂ ਇਹਨਾਂ ਨੂੰ ਜੀ ਆਇਆ ਕਹਿਣਾ ਸਭ ਨੂੰ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਕਿੰਨੀ ਕਿੰਨੀ ਦੂਰੋਂ ਤੁਸੀਂ ਪਿਆਰ ਦੇ ਬੱਜੇ ਚੱਲ ਕੇ ਆਉਂਦੇ ਹੋ ਤੁਹਾਡੇ ਪਿਆਰ ਨੂੰ ਮੈਂ ਨਮਸਕਾਰ ਕਰਦਾ ਪਿਆਰ ਨੂੰ ਜਿਹੜੀਆਂ ਅਸੀਂ ਰੋਜ਼ ਬੇਨਤੀਆਂ ਕਰਦੇ ਹਾਂ ਉਹ ਕਰਕੇ ਫਿਰ ਸ਼ਬਦ ਪੜ੍ਹਾਂਗੇ ਔਰ ਐਤਵਾਰ ਵਾਲੇ ਚੁਪਹਿਰੇ 'ਚ ਮੈਂ ਬਹੁਤ ਘੱਟ ਹਾਜ਼ਰੀ ਭਰਦਾ ਬਾਹਰ ਰੁਝੇਵੇਂ ਜ਼ਿਆਦਾ ਹੁੰਦੇ ਨੇ ਸੰਗਤਾਂ ਦੇ ਦਰਸ਼ਨਾਂ ਦੇ ਪਰ ਤੁਸੀਂ ਫਿਰ ਵੀ ਰੂਟੀਨ ਮੁਤਾਬਕ ਪਹੁੰਚਦੇ ਹੋ ਕਿਰਪਾ ਕਰਦੇ ਹੋ ਇਹ ਰੂਟੀਨ ਛੱਡਣੀ ਨਹੀਂ ਦਸਾਂ ਦਸਾਂ ਵੀਹਾਂ ਵੀਹਾਂ ਨੂੰ ਹੋਰ ਪ੍ਰੇਰਨਾ ਕਰਕੇ ਲਿਆਉਣਾ ਆਪਾਂ ਗੁਰੂ ਜੀ ਦੀ ਮਿਹਰ ਨਾਲ ਬਾਪੂ ਖੰਡੇ ਵਾਲੇ ਦੀਆਂ ਖੁਸ਼ੀਆਂ ਲੈਣੀਆਂ ਜਿਹੜੀਆਂ ਰੋਜ਼ ਆਪਾਂ ਬੇਨਤੀਆਂ ਕਰਦੇ ਹਾਂ ਉਹ ਸੁਣੋ ਫਿਰ ਸ਼ਬਦ ਪੜ੍ਹਨਾ ਪਹਿਲੀ ਬੇਨਤੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗਲਤੀ ਜੀਵਨ ਦਾ ਇੱਕ ਪੰਨਾ ਹੈ ਗਲਤੀ ਗਲਤੀਆਂ ਹਰੇਕ ਬੰਦੇ ਕੋਲੋਂ ਹੁੰਦੀਆਂ ਨੇ ਮੇਰੇ ਕੋਲੋਂ ਵੀ ਹੁੰਦੀਆਂ ਤੁਹਾਡੇ ਕੋਲੋਂ ਵੀ ਹੁੰਦੀਆਂ ਨੇ ਗਲਤੀ ਜੀਵਨ ਦਾ ਇੱਕ ਪੰਨਾ ਹੈ ਜੀਵਨ ਦਾ ਇੱਕ ਪੇਜ ਇੱਕ ਪੰਨਾ ਹੈ ਸੁਣਿਓ ਪਰ ਰਿਸ਼ਤਾ ਪੂਰੀ ਕਿਤਾਬ ਹੈ ਹੁਣ ਮੇਰਾ ਆਪਣੀ ਮਾਂ ਨਾਲ ਰਿਸ਼ਤਾ ਹੈ ਪਿਓ ਨਾਲ ਰਿਸ਼ਤਾ ਹੈ ਮੇਰਾ ਪਤਨੀ ਨਾਲ ਰਿਸ਼ਤਾ ਹੈ ਜਿੰਨੀਆਂ ਇੱਥੇ ਔਰਤਾਂ ਬੈਠੀਆਂ ਨੇ ਤੁਹਾਡਾ ਤੁਹਾਡੇ ਪਤੀ ਨਾਲ ਰਿਸ਼ਤਾ ਹੈ ਸੁਣਿਓ ਬੱਚਿਆਂ ਦਾ ਮਾਪਿਆਂ ਨਾਲ ਰਿਸ਼ਤਾ ਹੈ ਮਾਪਿਆਂ ਦਾ ਬੱਚਿਆਂ ਨਾਲ ਰਿਸ਼ਤਾ ਹੈ ਇਹ ਪੂਰੀ ਇੱਕ ਕਿਤਾਬ ਹੈ ਗਲਤੀ ਜੀਵਨ ਦਾ ਇੱਕ ਪੰਨਾ ਹੈ ਪਰ ਰਿਸ਼ਤਾ ਪੂਰੀ ਕਿਤਾਬ ਹੈ ਜ਼ਰੂਰਤ ਪੈਣ ਤੇ ਗਲਤੀ ਦਾ ਪੰਨਾ ਜ਼ਰੂਰ ਪਾੜਿਓ
ਪਰ ਇੱਕ ਪੰਨੇ ਦੇ ਲਈ ਪੂਰੀ ਕਿਤਾਬ ਨੂੰ ਕਿਤੇ ਗਵਾ ਨਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੱਥੇ ਜ਼ਰੂਰਤ ਪੈ ਗਈ ਨਾ ਗਲਤੀ ਦੇ ਪੇਜ ਨੂੰ ਗਲਤੀ ਦੇ ਪੰਨੇ ਨੂੰ ਪਾੜ ਦੇਣਾ, ਪਰ ਪਿਆਰਿਓ ਇਹ ਰਿਸ਼ਤੇ ਦੀ ਪੂਰੀ ਕਿਤਾਬ ਨੂੰ ਨਾ ਪਾੜਿਓ, ਇਹ ਰਿਸ਼ਤੇ ਦੀ ਪੂਰੀ ਕਿਤਾਬ ਹੱਥੋਂ ਨਾ ਜਾਣ ਦੇਣਾ। ਜਿਹੜਾ ਵੀ ਤੁਹਾਡਾ ਰਿਸ਼ਤਾ ਹੈ ਪਰਮੇਸ਼ਰ ਸਾਈਂ ਨੇ ਬਣਾਇਆ, ਉਹ ਰਿਸ਼ਤੇ ਨੂੰ ਨਿਭਾਉਣਾ ਹੀ ਨਿਭਾਉਣਾ ਹੈ। ਯਤਨ ਆਪਾਂ ਪੂਰਾ ਕਰਨਾ, ਪੂਰਾ ਯਤਨ ਕਰਨਾ, ਢਿੱਲ ਦਾ ਜ਼ੋਰ ਲਾ ਕੇ ਉਹ ਰਿਸ਼ਤੇ ਨੂੰ ਨਿਭਾਉਣਾ ਹੈ। ਜ਼ਰੂਰਤ ਪੈਣ ਤੇ ਗਲਤੀ ਦਾ ਪੰਨਾ ਪਾੜਨਾ ਹੈ, ਪਰ ਕਿਤਾਬ ਨੂੰ ਨਹੀਂ ਹੱਥੋਂ ਜਾਣ ਦੇਣਾ। ਇਹ ਚੀਜ਼ ਦਾ ਧਿਆਨ ਰੱਖਣਾ ਜੇ ਜੀਵਨ ਵਿੱਚ ਚੱਲਣਾ ਹੈ। ਤੇ ਰੋਜ਼ ਜੇ ਤੁਸੀਂ ਪਿਆਰੇ ਹੋ ਇੱਕ ਗਲਤੀ ਕਰਕੇ ਕਿਤਾਬ ਨੂੰ ਪਿੱਛੇ ਕਰਦੇ ਜਾਓਗੇ ਫਿਰ ਰਿਸ਼ਤਾ ਟੁੱਟਦਾ ਜਾਏਗਾ, ਹੌਲੀ ਹੌਲੀ ਖਤਮ ਹੋ ਜਾਏਗਾ। ਇਹ ਨਹੀਂ ਆਪਾਂ ਕਰਨਾ। ਇਹੋ ਚੀਜ਼ ਇੱਥੇ ਗੁਰੂ ਪਿਤਾ ਨਾਲ ਅਸੀਂ ਰੋਜ਼ ਭੁੱਲਾਂ ਕਰਦੇ ਹਾਂ, ਰੋਜ਼ ਗਲਤੀਆਂ ਕਰਦੇ ਹਾਂ। ਹੁਣ ਗਲਤੀਆਂ ਦੇ ਪੰਨਿਆਂ ਨੂੰ ਪਾੜਨ ਦਾ ਯਤਨ ਕਰਨਾ ਹੈ, ਗੁਰੂ ਪਿਤਾ ਨਾਲ ਰਿਸ਼ਤਾ ਤੋੜਨ ਦਾ ਯਤਨ ਨਹੀਂ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰਿਸ਼ਤੇ ਦੀ ਜਿਹੜੀ ਕਿਤਾਬ ਹੈ ਨਾ ਉਹਨੂੰ ਨਹੀਂ ਪਿੱਛੇ ਕਰਨਾ, ਉਹਨੂੰ ਬਰਕਰਾਰ ਰੱਖਣਾ, ਗਲਤੀ ਦੇ ਪੰਨਿਆਂ ਨੂੰ ਰੋਜ਼ ਪਾੜਨਾ। ਇਹ ਬੇਨਤੀ ਪ੍ਰਵਾਨ ਕਰਿਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ। ਯਕੀਨ ਤੇ ਉਮੀਦ, ਵਿਸ਼ਵਾਸ ਯਕੀਨ। ਤੁਹਾਨੂੰ ਮੇਰੇ ਤੇ ਵਿਸ਼ਵਾਸ ਹੋ ਗਿਆ, ਮੈਨੂੰ ਤੁਹਾਡੇ ਤੇ ਹੋ ਗਿਆ। ਅਸੀਂ ਰਿਸ਼ਤੇਦਾਰ ਸਾਰੇ ਇੱਕੋ ਪਰਿਵਾਰ ਦੇ ਮੈਂਬਰ, ਪਰਿਵਾਰਕ ਮੈਂਬਰਾਂ ਦੇ ਉੱਤੇ ਯਕੀਨ ਹੋ ਗਿਆ ਇੱਕ ਦੂਜੇ ਨੂੰ। ਯਕੀਨ ਤੇ ਉਮੀਦ, ਤੁਹਾਨੂੰ ਮਹਾਂਪੁਰਖਾਂ ਤੋਂ ਉਮੀਦਾਂ ਵੱਧ ਜਾਂਦੀਆਂ ਨਾ, ਇਹ ਜੇ ਸਾਡੀ ਅਰਜ਼ੀ ਲਾ ਦੇਣਗੇ ਤੇ ਕਿਰਪਾ ਵਰਤ ਜਾਣੀ, ਉਮੀਦ ਹੋ ਗਈ ਨਾ। ਯਕੀਨ ਤੇ ਉਮੀਦ ਤੁਹਾਡੇ ਲਕਸ਼ ਨੂੰ ਆਸਾਨ ਨਹੀਂ ਬਣਾਉਂਦੇ, ਯਕੀਨ ਤੇ ਉਮੀਦ ਤੁਹਾਡੇ ਲਕਸ਼ ਨੂੰ ਕੱਲਾ ਆਸਾਨ ਨਹੀਂ ਬਣਾਉਂਦੇ, ਸੰਭਵ ਬਣਾ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਭਵ ਬਣਾ ਦਿੰਦੇ ਨੇ, ਸੰਭਵ ਅਸੰਭਵ ਚੀਜ਼ ਨੂੰ ਵੀ ਸੰਭਵ ਬਣਾ ਦਿੰਦੇ ਨੇ ਯਕੀਨ ਤੇ ਉਮੀਦ। ਯਕੀਨ ਰੱਖੋ ਆਪਣੇ ਮਾਲਕ ਦੇ ਉੱਤੇ, ਉਮੀਦ ਰੱਖੋ ਆਪਣੇ ਮਾਲਕ ਦੇ ਉੱਤੇ, ਯਕੀਨ ਰੱਖੋ ਰੰਗੇ ਹੋਏ ਗੁਰਸਿੱਖਾਂ ਉੱਤੇ, ਮਹਾਂਪੁਰਖਾਂ ਉੱਤੇ। ਪਿਆਰਿਓ ਉਮੀਦ ਰੱਖੋ ਮਹਾਂਪੁਰਖਾਂ ਦੇ ਉੱਤੇ, ਸ਼ਹੀਦ ਸਿੰਘਾਂ ਦੇ ਉੱਤੇ, ਆਪਣੇ ਮਾਲਕ ਦੇ ਉੱਤੇ। ਤੇ ਇਹ ਚੀਜ਼ਾਂ ਤੁਹਾਡੇ ਲਕਸ਼ ਨੂੰ ਪਿਆਰਿਓ ਆਸਾਨ ਨਹੀਂ ਬਣਾਉਣਗੀਆਂ, ਸੰਭਵ ਬਣਾ ਦੇਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਇੱਕ ਗੱਲ ਹੋਰ ਸੁਣ ਲਓ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਇਹ ਬੜੀ ਕੰਮ ਆਏਗੀ ਇਹ ਵੀ ਗੱਲ। ਇਹ ਗੱਲਾਂ ਨੂੰ ਵਾਰ ਵਾਰ ਜਾ ਕੇ ਸਾਡੇ ਯੂਟਿਊਬ ਚੈਨਲ ਤੇ ਸੁਣਿਆ ਕਰੋ ਵਾਰ ਵਾਰ, ਕਿਉਂਕਿ ਕਈ ਵਾਰੀ ਇੱਕ ਵਾਰੀ ਸੁਣੀ ਹੋਈ ਗੱਲ ਅੰਦਰ ਨਹੀਂ ਵੜਦੀ, ਜਦੋਂ ਵਾਰ ਵਾਰ ਬੰਦਾ ਸੁਣਦਾ। ਤਾਂ ਹੀ ਤੇ ਮਹਾਰਾਜ ਨੇ ਕਿਹਾ ਬਾਰੰਗ ਬਾਰ ਬਾਰ ਪ੍ਰਭ ਜਪੀ ਹੈ। ਇੱਕੋ ਵਾਰੀ ਵੀ ਤੇ ਵਾਹਿਗੁਰੂ ਕਹਿ ਸਕਦੇ, ਪਰ ਮਹਾਰਾਜ ਕਹਿੰਦੇ ਕਈ ਜਾ, ਬਾਰੰਗ ਬਾਰ ਬਾਰ ਪ੍ਰਭ ਜਪੀ ਹੈ, ਵਾਰ ਵਾਰ ਜਪ, ਕਿਉਂਕਿ ਜਦੋਂ ਵਾਰ ਵਾਰ ਜਪੇਗਾ, ਵਾਰ ਵਾਰ ਜਪਿਆ ਹੋਇਆ ਤੇਰੀ ਯਾਦ ਦਾ ਅੰਗ ਬਣ ਜਾਏਗਾ। ਇਹ ਚੀਜ਼ਾਂ ਵਾਰ ਵਾਰ ਜਾ ਕੇ ਯੂਟਿਊਬ ਤੇ ਸੁਣਨੀਆਂ ਨੇ, ਵਾਰ ਵਾਰ ਜਾ ਕੇ, ਤਾਂ ਜੋ ਇਹ ਅੰਦਰ ਘਰ ਕਰ ਜਾਣ। ਅੰਦਰ ਜਿੱਥੋਂ ਵੀ ਤੁਸੀਂ ਲੰਘੋ, ਲੋਕੀ ਉਂਗਲੀਆਂ ਕਰ ਕਰਕੇ ਕਹਿਣ ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰ ਦੇ ਮੈਂਬਰ ਦਾ ਹਿੱਸਾ ਹੈ। ਇਹ ਗੁਰੂ ਰਾਮਦਾਸ ਦੇ ਬਾਬਾ ਦੀਪ ਸਿੰਘ ਦੇ ਸੰਗਤ ਰੂਪੀ ਪਰਿਵਾਰ ਦਾ ਮੈਂਬਰ ਹੈ।
ਇਹਦਾ ਜੀਵਨ ਬੜਾ ਹੀ ਪਿਆਰਾ ਹੈ, ਬੜਾ ਹੀ ਨਿਰਾਲਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਲ ਸੁਣਿਓ ਧਿਆਨ ਨਾਲ। ਹੁਣ ਮੰਨ ਲਓ ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਕੋਈ ਬਿਜ਼ਨਸ ਕਰਦੇ ਹੋ, ਤੁਹਾਡੇ ਕੋਲ ਇੱਕ ਮਹੱਤਵਪੂਰਨ ਗਾਹਕ ਆ ਗਿਆ ਜਿਹੜਾ ਤੁਹਾਡੇ ਭਵਿੱਖ ਦੇ ਵਿੱਚ ਤੁਹਾਡੇ ਕਾਰੋਬਾਰ 'ਚ ਬਹੁਤ ਵਾਧਾ ਕਰਵਾ ਸਕਦਾ, ਬਹੁਤ ਜ਼ਿਆਦਾ ਵਾਧਾ। ਮੰਨ ਲਓ ਤੁਹਾਡਾ ਅੱਜ ਕਾਰੋਬਾਰ ਲੱਖਾਂ ਦੇ ਵਿੱਚ ਹੈ, ਉਹ ਗਾਹਕ ਆਇਆ ਤੁਹਾਨੂੰ ਮਿਲਿਆ, ਧਿਆਨ ਦੇਣਾ, ਜਦੋਂ ਮਿਲਿਆ ਉਹਨੇ ਕਿਹਾ ਮੈਂ ਤੈਨੂੰ ਇਹੋ ਜਿਹੀਆਂ ਸਕੀਮਾਂ ਦੱਸਾਂਗਾ, ਅੱਜ ਤੂੰ ਲੱਖਾਂ 'ਚ ਕਾਰੋਬਾਰ ਕਰਦਾ, ਕੱਲ ਨੂੰ ਕਰੋੜਾਂ 'ਚ ਕਰ ਸਕੇਗਾ। ਹੁਣ ਸੁਣਿਓ ਧਿਆਨ ਨਾਲ, ਤੇ ਤੁਹਾਨੂੰ ਉਹਨੇ ਇੱਕ ਮਿਲਣ ਦਾ ਸਮਾਂ ਵੀ ਦੇ ਦਿੱਤਾ ਕਿ ਇੰਨੇ ਤੋਂ ਇੰਨੇ ਤੂੰ ਮੇਰੇ ਨਾਲ ਮੀਟਿੰਗ ਕਰਨੀ ਹੈ, ਲੱਖਾਂ ਦੇ ਕੰਮ ਨੂੰ ਮੈਂ ਕਰੋੜਾਂ 'ਚ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ, ਪਰ ਇੰਨੇ ਤੋਂ ਇੰਨੇ ਮੈਂ ਤੈਨੂੰ ਮਿਲ ਸਕਦਾ। ਤੇ ਹੁਣ ਪਿਆਰਿਓ ਦੱਸੋ, ਇਹੋ ਜਿਹੇ ਗਾਹਕ ਨੂੰ ਤੁਸੀਂ ਮਿਲਣਾ ਪਸੰਦ ਕਰੋਗੇ ਕਿ ਨਹੀਂ ਕਰੋਗੇ? ਕਰੋਗੇ ਨਾ, ਇਹੋ ਜਿਹੇ ਬੰਦੇ ਨੂੰ ਜਿਹੜਾ ਸਾਡੀ ਲੱਖਾਂ ਦੀ ਚੀਜ਼ ਨੂੰ ਕਰੋੜਾਂ ਵਿੱਚ ਬਣਾਉਣਾ ਚਾਹਵੇ, ਕਵੇ ਕਿ ਮੈਂ ਦੋ ਤੋਂ ਤਿੰਨ ਤੈਨੂੰ ਮਿਲਣਾ, ਜਾਂ ਤਿੰਨ ਤੋਂ ਚਾਰ ਤੈਨੂੰ ਮਿਲਣਾ, ਇੱਕ ਤੋਂ ਦੋ ਤੈਨੂੰ ਮਿਲਣਾ, ਇਹ ਟਾਈਮ ਮੈਂ ਤੈਨੂੰ ਦੇ ਦਿੱਤਾ, ਇਸ ਸਮੇਂ ਵਿੱਚ ਜਦੋਂ ਤੂੰ ਮੇਰੇ ਕੋਲ ਆਏਗਾ ਤੇ ਮੈਂ ਤੇਰਾ ਲੱਖਾਂ ਦਾ ਕਾਰੋਬਾਰ ਕਰੋੜਾਂ 'ਚ ਪਹੁੰਚਾ ਦਿਆਂਗਾ। ਤੇ ਤੁਸੀਂ ਉਸ ਬੰਦੇ ਨੂੰ ਫਿਰ ਮਿਲਣਾ ਪਸੰਦ ਕਰੋਗੇ। ਸੰਸਾਰ ਵਿੱਚ ਕਿਸੇ ਵੀ ਚੀਜ਼ ਦੇ ਕਰਕੇ ਤੁਸੀਂ ਉਹਨੂੰ ਮਿਲਣ ਦਾ ਸਮਾਂ ਗਵਾਓਗੇ ਨਹੀਂ ਕਿ ਇਹਨੇ ਮੈਨੂੰ ਲੱਖਾਂ ਤੋਂ ਕਰੋੜਾਂ 'ਚ ਪਹੁੰਚਾਉਣਾ, ਤੇ ਮੈਂ ਕਿਸੇ ਚੀਜ਼ ਕਰਕੇ ਇਹਦੇ ਨਾਲ ਮਿਲਣ ਵਾਲਾ ਟਾਈਮ ਖੁੰਝਾ ਨਹੀਂ ਸਕਦਾ। ਜੇਕਰ ਤੁਹਾਡੇ ਲਈ ਕੋਈ ਚੀਜ਼ ਬਹੁਤ ਮਹੱਤਵਪੂਰਨ ਹੈ ਤੇ ਕੋਈ ਵੀ ਅਭਿਆਸ ਜੋ ਤੁਹਾਡੀ ਹੋਂਦ ਵਿੱਚ ਵੱਡਾ ਫਰਕ ਲਿਆ ਸਕਦਾ ਹੈ, ਤੇ ਪਿਆਰਿਓ ਉਸ ਚੀਜ਼ ਨੂੰ ਮਹੱਤਵਪੂਰਨ ਗਾਹਕ ਦਾ ਨਾਮ ਦੇ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸ਼ਾਇਦ ਕਈ ਨਾ ਸਮਝ ਪਾਏ ਹੋਣ, ਕੋਈ ਵੀ ਚੀਜ਼ ਹੈ, ਕੋਈ ਵੀ ਚੀਜ਼ ਜਿਹੜੀ ਤੁਹਾਡੇ ਜੀਵਨ ਦੇ ਵਿੱਚ ਵੱਡਾ ਬਦਲਾਵ ਲਿਆ ਸਕਦੀ ਹੈ, ਉਹਨੂੰ ਇਸੇ ਤਰ੍ਹਾਂ ਮਹੱਤਵਪੂਰਨ ਗਾਹਕ ਦਾ ਨਾਮ ਦਿਓ। ਤੇ ਉਸ ਗਾਹਕ ਦੇ ਲਈ ਰੋਜ਼ਾਨਾ ਇੱਕ ਸਮਾਂ ਸਾਰਣੀ ਸੈੱਟ ਕਰ ਲਓ ਤੇ ਉਹਦੇ ਨਾਲ ਮੁਲਾਕਾਤ ਕਰਨੀ ਕਦੀ ਵੀ ਨਾ ਛੱਡੋ ਕਿ ਇਹਨੇ ਮੈਨੂੰ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਾਉਣਾ, ਮੇਰੇ ਜੀਵਨ ਦੇ ਵਿੱਚ ਬੜੀਆਂ ਤਬਦੀਲੀਆਂ ਲਿਆਉਣੀਆਂ ਨੇ। ਹਾਂਜੀ, ਉਦਾਹਰਣ ਲਈ ਸਮਝੋ, ਮਨ ਦੀ ਸ਼ਾਂਤੀ ਬੜੀ ਜ਼ਰੂਰੀ ਹੈ ਤੇ ਮਨ ਦੀ ਸ਼ਾਂਤੀ ਦੇ ਲਈ ਮੈਡੀਟੇਸ਼ਨ ਕਰਨਾ, ਸਿਮਰਨ ਕਰਨਾ, ਧਿਆਨ ਲਾਉਣਾ ਬੜਾ ਜ਼ਰੂਰੀ। ਹੁਣ ਇਹ ਚੀਜ਼ ਨੇ ਸਾਡੇ ਅੰਦਰ ਤਰੱਕੀ ਕਰਾਉਣੀ ਹੈ ਨਾ, ਇਹ ਮਹੱਤਵਪੂਰਨ ਗਾਹਕ ਹੈ ਸਾਡੇ ਜੀਵਨ ਦਾ, ਮਹੱਤਵਪੂਰਨ ਗਾਹਕ। ਤੇ ਟਾਈਮ ਪੱਕਾ ਨਿਸ਼ਚਿਤ ਕਰ ਲਓ, ਇੰਨੇ ਤੋਂ ਇੰਨੇ ਜੋ ਮਰਜ਼ੀ ਹੋ ਜਾਏ ਮੈਂ ਸਿਮਰਨ 'ਚ ਬਹਿਣਾ ਹੀ ਬਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤਿੰਨ ਤੋਂ ਚਾਰ ਇੱਕ ਮੈਂ ਟਾਈਮ ਦਿੱਤਾ ਤੁਹਾਨੂੰ ਸਾਰਿਆਂ ਨੂੰ ਮਹਾਰਾਜ ਜੀ ਦੀ ਮਿਹਰ ਨਾਲ, ਉਹ ਮਹੱਤਵਪੂਰਨ ਗਾਹਕ ਵਾਂਗੂ ਉਸ ਟਾਈਮ ਨੂੰ ਲਿਆ ਕਰੋ ਕਿ ਇਹ ਜ਼ਿੰਦਗੀ ਦਾ ਸਾਡਾ ਕੀਮਤੀ ਟਾਈਮ ਹੈ, ਮਹੱਤਵਪੂਰਨ ਟਾਈਮ ਹੈ। ਜੋ ਮਰਜ਼ੀ ਹੋ ਜੇ, ਇਹ ਤਿੰਨ ਤੋਂ ਚਾਰ ਤੇ ਰਾਤੀ ਦਸ ਤੋਂ ਗਿਆਰਾਂ ਦਾ ਸਮਾਂ ਸਾਡੇ ਲਈ ਮਹੱਤਵਪੂਰਨ ਗਾਹਕ ਦੇ ਵਾਂਗੂ ਹੈ। ਜੋ ਮਰਜ਼ੀ ਹੋਵੇ, ਇਹ ਮਹੱਤਵਪੂਰਨ ਗਾਹਕ ਨੂੰ ਆਪਣੀ ਲਾਈਫ 'ਚੋਂ ਮੈਂ ਜਾਣ ਨਹੀਂ ਦੇਣਾ। ਜਿਹਨੇ ਹੁਣ ਤੱਕ ਮੇਰੀ ਇੰਨੀ ਤਰੱਕੀ ਕਰਾਤੀ, ਇੰਨੀ ਕਿਰਪਾ ਮੇਰੇ 'ਤੇ ਕਰਤੀ, ਇੰਨੀ ਤਰੱਕੀ ਮੇਰੀ ਕਰਾਈ, ਇਸ ਚੀਜ਼ ਨੂੰ ਮੈਂ ਹੱਥੋਂ ਜਾਣ ਨਹੀਂ ਦੇਣਾ, ਇਹ ਮੇਰੀ ਲਾਈਫ ਦਾ ਮਹੱਤਵਪੂਰਨ ਗਾਹਕ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰਬਾਣੀ ਪੜ੍ਹਨੀ, ਇਹਦੇ ਨਾਲ ਅੰਦਰਲੀ ਤਰੱਕੀ ਹੋਣੀ, ਬਾਹਰਲੀ ਤਰੱਕੀ ਹੋਣੀ, ਇਹ ਮਹੱਤਵਪੂਰਨ ਗਾਹਕ ਹੈ ਮੇਰੀ ਲਾਈਫ ਦਾ। ਤੁਹਾਡੀ ਭਾਸ਼ਾ ਵਿੱਚ ਤੁਹਾਨੂੰ ਸਮਝਾ ਰਹੇ ਹਾਂ, ਤੁਹਾਡੀ ਭਾਸ਼ਾ ਵਿੱਚ
ਇਹ ਮਹੱਤਵਪੂਰਨ ਗਾ ਕੇ ਮੇਰੀ ਲਾਈਫ ਦਾ ਮੈਂ ਗੁਰਬਾਣੀ ਪੜਨ ਦਾ ਨੇਮ ਕਦੀ ਵੀ ਘੱਟ ਨਹੀਂ ਕਰਨਾ। ਇਹ ਚੁਪਹਿਰੇ ਇਹ ਮਹੱਤਵਪੂਰਨ ਗਾਹਕ ਨੇ ਮੇਰੀ ਲਾਈਫ ਦੇ ਮਹੱਤਵਪੂਰਨ ਗਾਹਕ। ਜਿਵੇਂ ਕੋਈ ਦੁਨਿਆਵੀ ਗਾਹਕ ਮੈਨੂੰ ਮਿਲਿਆ ਕਹਿੰਦਾ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਾਉਣਾ, ਚੁਪਹਿਰੇ ਵੀ ਤੇ ਆਹੀ ਕਰ ਰਹੇ ਨੇ ਨਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਿਸੇ ਐਵੇਂ ਛੋਟੀ ਮੋਟੀ ਚੀਜ਼ ਦੇ ਲਈ ਚੁਪਹਿਰੇ ਕੱਟਣੇ ਛੱਡਿਓ ਨਾ, ਐਵੇਂ ਬਿਨਾਂ ਵਜ੍ਹਾ ਤੋਂ ਕਿਸੇ ਦੀਆਂ ਗੱਲਾਂ ਸੁਣ ਕੇ ਇਹ ਮਹੱਤਵਪੂਰਨ ਗਾਹਕ ਨੂੰ ਹੱਥੋਂ ਜਾਣ ਨਹੀਂ ਦੇਣਾ। ਜਿੰਨੇ ਮਰਜ਼ੀ ਬਿਜ਼ੀ ਹੋ ਜਾਓ, ਐਤਵਾਰ ਤੇ ਐਤਵਾਰ ਆਉਣਾ ਹੀ ਆਪਾਂ ਚੁਪਹਿਰਿਆਂ ਤੇ। ਆਪਾਂ ਮਹੱਤਵਪੂਰਨ ਗਾਹਕ ਦੇ ਨਾਲ ਸੰਬੰਧ ਰੱਖਣਾ, ਜਿਸ ਗਾਹਕ ਨੇ ਮੇਰਾ ਮਿਲਾਪ ਗੁਰੂ ਰਾਮਦਾਸ ਤੇ ਬਾਪੂ ਦੀਪ ਸਿੰਘ ਨਾਲ ਕਰਾਉਣਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਰੋਜ਼ਾਨਾ ਕਸਰਤ ਕਰਨੀ, ਇਹਦੇ ਨਾਲ ਸਰੀਰ ਠੀਕ ਰਹੇਗਾ। ਰੋਜ਼ਾਨਾ ਸੈਰ ਕਰਨੀ, ਸਰੀਰ ਰਾਜੀ, ਇਹਨੂੰ ਮਹੱਤਵਪੂਰਨ ਗਾਹਕ ਵਾਂਗੂ ਸਮਝੋ ਨਾ। ਜੇ ਮੇਰੀ ਲਾਈਫ 'ਚ ਮੈਨੂੰ ਕੋਈ ਫੋਨ ਕਰਦਾ ਤੈਨੂੰ ਮੈਂ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਾਉਣਾ, ਉਹਨੂੰ ਟਾਈਮ ਦਿੰਦੇ ਹਾਂ ਨਾ, ਤੇ ਇਹ ਕਸਰਤ ਨੇ ਵੀ ਤੇ ਮੇਰਾ ਸਰੀਰ ਰਾਜੀ ਰੱਖਣਾ, ਸੈਰ ਨੇ ਵੀ ਤੇ ਮੇਰਾ ਸਰੀਰ ਰਾਜੀ ਰੱਖਣਾ। ਕਿਉਂ ਨਾ ਹੋਵੇ 15 ਮਿੰਟ ਤੋਂ ਮੈਂ ਇਹ ਰੋਜ਼ਾਨਾ ਕਰਨੀ ਸ਼ੁਰੂ ਕਰਦੇ ਹਾਂ, ਮਹੱਤਵਪੂਰਨ ਗਾਹਕ ਸਮਝਾਂ, ਫਿਰ ਮੇਰਾ ਸਰੀਰ ਰਾਜੀ ਰਹਿਣਾ ਸ਼ੁਰੂ ਹੋ ਜਾਏਗਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਕਿਸੇ ਵੀ ਮਹੱਤਵਪੂਰਨ ਚੀਜ਼ ਦਾ ਆਦਰ ਕਰਨ ਦੀ ਲੋੜ ਹੈ, ਬਸ ਸਾਨੂੰ ਆਦਰ ਕਰਨ ਦੀ ਲੋੜ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਤਬਦੀਲੀਆਂ ਸਾਡੇ ਅੰਦਰ ਆਉਣ, ਤੇ ਜਿੰਨੀਆਂ ਵੀ ਲਾਈਫ ਦੇ ਵਿੱਚ ਮਹੱਤਵਪੂਰਨ ਚੀਜ਼ਾਂ ਨੇ ਉਹਨਾਂ ਦਾ ਆਦਰ ਕਰੋ, ਤੇ ਉਹਨਾਂ ਦਾ ਇੱਕ ਸਮਾਂ ਨਿਯਤ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸੇ ਨੂੰ ਗੁਰੂ ਪਿਤਾ ਨੇ ਨਿਤਨੇਮ ਕਹਿਤਾ, ਇਸੇ ਨੂੰ ਨਿਤਨੇਮ, ਨਿਤ ਦਾ ਨੇਮ, ਨੇਮ ਕਰ, ਇਸੇ ਨੂੰ ਮਹਾਰਾਜ ਨੇ ਨਿਤ ਦੇ ਨੇਮ ਦਾ ਨਾਮ ਦੇ ਦਿੱਤਾ। ਕਈ ਨਾਮ ਅਭਿਆਸੀਆਂ ਨੇ ਇਹਨੂੰ ਅਨੁਸ਼ਾਸਨ ਦਾ ਨਾਮ ਦੇ ਦਿੱਤਾ, ਸਤਿਗੁਰਾਂ ਨੇ ਇਹਨੂੰ ਰਹਿਤ ਮਰਿਆਦਾ ਦਾ ਨਾਮ ਦੇ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਸ ਰਹਿਤ ਨਾਲ, ਜਿਸ ਅਨੁਸ਼ਾਸਨ ਨਾਲ, ਜਿਸ ਨਿਤ ਨੇਮ ਦੇ ਨਾਲ ਕੋਈ ਸਮਝੌਤਾ ਨਹੀਂ। ਜਿਵੇਂ ਕੋਈ ਮਹੱਤਵਪੂਰਨ ਗਾਹਕ ਆ ਗਿਆ ਨਾ, ਤੂੰ ਕੋਈ ਸਮਝੌਤਾ ਨਹੀਂ ਕਰੇਗਾ ਕਿ ਇਹਨੇ ਮੈਨੂੰ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਾਉਣਾ। ਇਸੇ ਤਰ੍ਹਾਂ ਨਿਤ ਨੇਮ ਨਾਲ, ਅਨੁਸ਼ਾਸਨ ਨਾਲ, ਕਸਰਤ ਨਾਲ, ਸੈਰ ਨਾਲ, ਚੁਪਹਿਰਿਆਂ ਨਾਲ, ਰਹਿਣ ਸਬਾਈਆਂ ਨਾਲ, 3 ਤੋਂ 4 ਜਿਹੜਾ ਸਮਾਂ ਅਸੀਂ ਰੋਜ਼ ਮਾਲਕ ਦੇ ਲੇਖੇ ਲਾਉਂਦੇ, ਉਹਦੇ ਨਾਲ ਕਿਸੇ ਵੀ ਕੀਮਤ ਤੇ ਕੋਈ ਸਮਝੌਤਾ ਨਹੀਂ ਕਰਨਾ, ਕਿਸੇ ਵੀ ਕੀਮਤ ਤੇ ਇਹ ਚੀਜ਼ਾਂ ਨੂੰ ਹੱਥੋਂ ਜਾਣ ਨਹੀਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ ਆਹ ਵੱਡਾ ਗੁਣ ਅੱਜ ਲੈ ਕੇ ਜਾਇਓ, ਆਹ ਹਿੱਕ ਤੇ ਹੱਥ ਮਾਰ ਕੇ ਕਹਿਣਾ, ਤੁਹਾਡੀ ਨਾ ਦੁਨਿਆਵੀ ਤਰੱਕੀ ਤੇ ਨਾ ਅਧਿਆਤਮਕ ਤਰੱਕੀ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕੇਗੀ। ਜੇ ਤੁਸੀਂ ਪਿਆਰੇ ਹੋ, ਏਦਾਂ ਆ ਚੀਜ਼ਾਂ ਨੂੰ ਮਹੱਤਵਪੂਰਨ ਗਾਹਕ ਵਾਂਗੂ ਸਮਝਣਾ ਸ਼ੁਰੂ ਕਰ ਦਿਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 375 ਨੰਬਰ ਅੰਗ ਦੇ ਉੱਤੇ ਦਰਜ, ਸਾਰੀ ਸੰਗਤ ਪਿਆਰ ਨਾਲ ਕਿਰਪਾ ਕਰਿਓ, ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰਾ। ਬੜੇ ਪਿਆਰ ਚ ਇਹ ਸ਼ਬਦ ਮੇਰੇ ਨਾਲ ਨਾਲ ਗਾਇਓ, ਕੋਈ ਰਸਨਾ ਮੰਝੀ ਨਾ ਰਹੇ ਜੀ।
मन क्यों बैरा करेगा सतगुर मेरा पूरा सतगुर मेरा सतगुर मेरा पूरा सतगुर मेरा पूरा मन क्यों बैरा करेगा सतगुर मेरा पूरा सतगुर मेरा पूरा बोलो सतगुर मेरा पूरा सतगुर मेरा पूरा सारे पढ़ो जी मन क्यों बैरा करेगा सतगुर मेरा पूरा सतगुर मेरा पूरा सतगुर मेरा पूरा सतगुर मेरा पूरा मन सा दाता सब सुख निधान 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 अमृत सर सद ही पर पूरा अमृत सर सद ही पर पूरा पढ़ो मन क्यों बैरा करेगा सतगुर मेरा पूरा सतगुर मेरा पूरा सारे सतगुर मेरा पूरा सतगुर मेरा पूरा रामदास जी तन गुरु रामदास जी प्यार नल सर अखन जी तन बाबा दीन सिद्ध जी प्रभु होए कृपाल तायो मान लाई सतगुर सेव सबे प्रभु होए कृपाल तायो मान लाई सतगुर सेव सबे फल पाई मन सा का दाता सब सुख निधान 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 अमृत सर सद ही पर पूरा अमृत सर सद ही पर पूरा बोलो
ਮਨ ਕਿਉਂ ਪੈਰਾ ਕਰੇਗਾ ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਪੜੋ ਜੀ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਸਭ ਦੀ ਬਾਂਹ ਫੜ ਲੈ ਦਾਤਿਆ, ਧੰਨ ਬਾਬਾ ਦੀਪ ਸਿੰਘ ਜੀ। ਚਰਣ ਕਮਲ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਚਰਣ ਕਮਲ ਰਿਤ ਅੰਦਰ ਤਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਮਨ ਸਾਖਾ ਦਾਤਾ ਸਭ ਸੁਖ ਨਿਧਾਨ, ਮਨ ਸਾਖਾ ਦਾਤਾ ਸਭ ਸੁਖ ਨਿਧਾਨ, ਮਨ ਸਾਖਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤਸਰ ਸਦ ਹੀ ਪਰ ਪੂਰਾ, ਅੰਮ੍ਰਿਤਸਰ ਸਦ ਹੀ ਪਰ ਪੂਰਾ। ਪੜੋ, ਮਨ ਕਿਉਂ ਪੈਰਾ ਕਰੇਗਾ ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਾਰੇ ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਪੰਜ ਸਖੀ ਮਿਲ ਮੰਗਲ ਅਨਹਦ ਬਾਣੀ ਨਾਦ ਬਜਾਇਆ, ਗੁਰੂ ਨਾਨਕ ਤੁਠਾ ਮਿਲਿਆ ਹਰ ਰਾਏ, ਸੁਖ ਰਹਿਣ ਵਿਹਾਣੀ ਸਹਿਜ ਸੁਭਾਏ, ਮਨ ਸਾਖਾ ਦਾਤਾ ਸਭ ਸੁਖ ਨਿਧਾਨ, ਮਨ ਸਾਖਾ ਦਾਤਾ ਸਭ ਸੁਖ ਨਿਧਾਨ, ਮਨ ਸਾਖਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤਸਰ ਸਦ ਹੀ ਪਰ ਪੂਰਾ, ਮਨ ਕਿਉਂ ਪੈਰਾ ਕਰੇਗਾ ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ।
ਆਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਹਸਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੇ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰ ਪੋ ਪੰਡਿਤ ਤੇ ਮੁਗਦਾਰੀ ਉਹ ਨਾਰੀ ਤੇ ਜੋ ਪੁਰਖ ਕਰਾਵੇ ਪੁਰਖ ਤੇ ਜੋ ਨਾਰੀ ਕਉ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਧੰਨ ਗੁਰੂ ਰਾਮਦਾਸ ਜੀ ਜੀ ਧੰਨ ਗੁਰੂ ਰਾਮਦਾਸ ਜੀ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਰੇ ਅੰਮ੍ਰਿਤ ਭਰੇ ਭੰਡਾਰ ਸਭ ਕਿਛੁ ਨੈ ਕਰ ਤਿਸ ਕੈ ਬਲਰਾਮ ਜੀਓ ਬਾਬੁਲ ਮੇਰਾ ਬਣ ਸਮਰਥਾ ਕਰਨ ਕਰਨ ਪ੍ਰਭਖਾਰਾ ਜਿਸ ਸਿਮਰਤ ਤੋਂ ਕੋਈ ਨ ਲਾਗੇ ਪਾਉ ਚਲ ਪਾਰੀ ਉਤਾਰਾ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਵੀ ਜਿਹੜੇ ਬੈਠੇ ਗੱਜ ਕੇ ਬਾਬਾ ਦੀਪ ਸਿੰਘ ਜੀ 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 ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਓ ਮਨ ਕਿਉਂ ਬੈਰਾ ਕਰੇਗਾ ਓ ਮਨ ਕਿਉਂ ਬੈਰਾ ਮਨ ਕਿਉਂ ਬੈਰਾ ਕਰੇਗਾ ਸਤਿਗੁਰ ਮੇਰਾ ਪੂਰਾ 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 ਸਤਿਗੁਰ ਮੇਰਾ
ਇੱਕ ਮਿੰਟ ਤੁਹਾਡੀ ਆਵਾਜ਼ ਮਨ ਕਿਉਂ ਬੈਰਾ ਕਰੇਗਾ ਸਤਿਗੁਰ ਮੇਰਾ ਪੂਰਾ ਸਤਿਗੁਰ ਮੇਰਾ ਪੂਰਾ ਜੀ ਸਤਿਗੁਰ ਮੇਰਾ ਪੂਰਾ ਸਤਿਗੁਰ ਭਾਈ ਪੁਰਾਣਾ ਜੀ ਹੋਏ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਮੇਂ ਲੱਕੜੀਆਂ ਦੀ ਸੇਵਾ ਕਰਦੇ ਸੀ ਤੇ ਇੱਕ ਦਿਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਇਹਨਾਂ ਤੇ ਪ੍ਰਸੰਨ ਹੋਏ। ਮੈਂ ਬਿਲਕੁਲ ਸੰਖੇਪ ਚ ਬੋਲਣਾ। ਇੱਕ ਦਿਨ ਗੁਰੂ ਅਰਜਨ ਦੇ ਪਾਤਸ਼ਾਹ ਇਹਨਾਂ ਦੀ ਸੇਵਾ ਤੇ ਪ੍ਰਸੰਨ ਹੋਏ ਤੇ ਕਹਿੰਦੇ ਕੁਝ ਮੰਗੋ ਤੇ ਇਹਨਾਂ ਨੇ ਮੰਗਿਆ ਪਤਾ ਕੀ? ਬੜੀ ਪਿਆਰੀ ਜੀ ਦਾਤ ਮੰਗੀ। ਇਹ ਦਾਤ ਮੈਂ ਬਹੁਤ ਘੱਟ ਰੂਹਾਂ ਨੇ ਜਿਨ੍ਹਾਂ ਨੇ ਮੰਗੀ ਹੈ, ਬਹੁਤ ਘੱਟ ਰੂਹਾਂ ਦਾ ਜ਼ਿਕਰ ਸੁਣਿਆ ਪੜ੍ਹਿਆ ਸੁਣਿਆ। ਭਾਈ ਪੁਰਾਣਾ ਜੀ ਨੇ ਮੰਗਿਆ ਪਤਾ ਕੀ? ਕਹਿੰਦੇ ਮਹਾਰਾਜ ਕਿਰਪਾ ਕਰੋ, ਜਿਹੜੀ ਮੇਰੇ ਤੇ ਬਖਸ਼ਿਸ਼ ਕੀਤੀ, ਜਿਹੜਾ ਮੇਰਾ ਮਨ ਜਗਾਇਆ ਇਹ ਤੇ ਇੱਕ ਜਾਗਿਆ ਰਵੇ, ਇਹ ਕਿਰਪਾ ਕਰੋ ਤੇ ਦੂਜੀ ਮੇਰੇ ਤੇ ਇਹ ਬਖਸ਼ਿਸ਼ ਕਰ ਦਿਓ, ਇਹ ਰਹਿਮਤ ਕਰ ਦਿਓ ਕਿ ਮੇਰੇ ਤੇ ਇੰਨੀ ਰਹਿਮਤ ਕਰ ਦਿਓ ਕਿ ਮੈਂ ਦਿਹਾੜੀ ਦੇ ਵਿੱਚ ਘੱਟ ਤੋਂ ਘੱਟ ਇੱਕ ਟੁੱਟੇ ਹੋਏ ਨੂੰ ਗੁਰੂ ਨਾਨਕ ਦੇ ਘਰ ਨਾਲ ਤੁਹਾਡੇ ਚਰਨਾਂ ਨਾਲ ਜੋੜ ਸਕਾਂ। ਮੇਰੀ ਰਸਨਾ ਵਿੱਚ ਇੰਨੀ ਕੁ ਤਾਕਤ ਦੇ ਦਿਓ, ਮੇਰੇ ਉੱਤੇ ਇੰਨੀ ਕੁ ਕਿਰਪਾ ਕਰ ਦਿਓ, ਮੇਰੇ ਹਿਰਦੇ ਵਿੱਚ ਇੰਨੀ ਕੁ ਤਾਕਤ ਦੇ ਦਿਓ ਕਿ ਮੈਂ ਦਿਹਾੜੀ 'ਚ ਘੱਟ ਤੋਂ ਘੱਟ ਇੱਕ ਟੁੱਟੇ ਨੂੰ ਤੁਹਾਡੇ ਘਰ ਨਾਲ ਜੋੜ ਸਕਾਂ। ਇਹ ਬੜੀ ਪਿਆਰੀ ਮੰਗ ਮੰਗੀ। ਗੁਰੂ ਅਰਜਨ ਦੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਪੁਰਾਣਾ ਜੀ, ਜੇ ਮੰਗਿਆ ਵੀ ਤੇ ਦੂਜਿਆਂ ਨੂੰ ਜੋੜਨ ਦੀ ਦਾਤ ਮੰਗੀ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਿਵਾਰ ਵਿੱਚ ਵਾਧਾ ਹੋਵੇ ਉਹ ਦਾਤ ਮੰਗੀ? ਮਹਾਰਾਜ ਬੜੇ ਪ੍ਰਸੰਨ ਹੋਏ ਤੇ ਉਸ ਵੇਲੇ ਬਚਨ ਪਤਾ ਕੀ ਕੀਤਾ? ਕਹਿਣ ਲੱਗੇ, ਭਾਈ ਪੁਰਾਣਾ ਜੀ, ਜਦੋਂ ਵੀ ਤੁਸੀਂ ਕਿਸੇ ਨੂੰ ਜੋੜਨ ਦਾ ਉਪਰਾਲਾ ਕਰਨ ਲੱਗੋਗੇ ਨਾ, ਜੋੜਨ ਲੱਗੋਗੇ, ਅਸੀਂ ਤੁਹਾਡੇ ਨਾਲ ਬਚਨ ਕਰਦੇ ਹਾਂ, ਗੁਰੂ ਨਾਨਕ ਤੁਹਾਡੀ ਰਸਨਾ ਤੇ ਬਹਿ ਜਿਆ ਕਰੇਗਾ। ਕਈ ਤੁਸੀਂ ਗੁਰਮੁਖ ਪਿਆਰੇ ਆਪਣੀ ਲਾਈਫ ਚ ਵੀ ਇਹੋ ਜਿਹੇ ਵੇਖੇ ਹੋਣਗੇ, ਓਦਾਂ ਬੈਠੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ, ਪਰ ਕਿਤੇ ਜੋੜਨ ਲੱਗਦੇ ਨੇ ਉਸੇ ਵੇਲੇ ਗੁਰੂ ਨਾਨਕ ਰਸਨਾ ਤੇ ਬਹਿ ਜਾਂਦਾ। ਕਾਰਨ ਕੀ? ਪਿੱਛੇ ਕਿਤੇ ਕਿਹਾ ਹੋਏਗਾ ਬਾਪੂ ਜੀ ਨੂੰ ਇਹ ਚੀਜ਼ ਬਾਰੇ, ਕਿਤੇ ਆਹ ਚੀਜ਼ ਮੰਗੀ ਹੋਏਗੀ ਕਿਸੇ ਵਕਤ ਕਮਾਈ ਕਰਕੇ ਕਿ ਮਹਾਰਾਜ ਕਿਰਪਾ ਕਰਿਓ, ਜਦੋਂ ਜੋੜਨ ਬੈਠਣ ਲੱਗਣਾ ਨਾ ਬਸ ਉਦੋਂ ਮੇਰੀ ਰਸਨਾ ਤੇ ਬਹਿਣਾ, ਉਦੋਂ ਮੇਰੇ ਗੁਣ ਅਵਗਣੀ ਚੱਕਣੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਆਮ ਤੁਹਾਨੂੰ ਉਹ ਰੂਹਾਂ ਮਿਲਣਗੀਆਂ, ਹੋਰ ਤਰ੍ਹਾਂ ਲੱਗਣਗੀਆਂ,
ਹੋਰ ਤਰ੍ਹਾਂ ਵਿਚਰਨਗੀਆਂ, ਪਰ ਜਦੋਂ ਕਿਤੇ ਜੋੜਨ ਤੋਂ ਉਪਰਾਲਾ ਕਰਨ ਲੱਗਣ ਤੁਹਾਨੂੰ ਪ੍ਰਤੱਖ ਮਹਿਸੂਸ ਹੋਏਗਾ, ਨਹੀਂ ਇਹ ਜੋੜਨ ਬੈਠਾ, ਇਹਦੀ ਰਸਨਾ ਤੇ ਬਾਬਾ ਬਹਿ ਗਿਆ, ਇਹਦੇ ਹਿਰਦੇ ਤੇ ਬਾਬਾ ਬਹਿ ਗਿਆ ਚੌਂਕੜਾ ਮਾਰ ਕੇ। ਕਿਤੇ ਉਹ ਕਮਾਈਆਂ ਪੁਰਬਲੀਆਂ ਕਮਾਈਆਂ ਵੀ ਤੇ ਨਾਲ ਚੱਲਦੀਆਂ ਨੇ। ਸੁਣਿਓ ਹੁਣ ਗੱਲ, ਮਹਾਰਾਜ ਕੀ ਕਹਿੰਦੇ, ਕਹਿਣ ਲੱਗੇ ਪ੍ਰਾਣਾ ਜੀ, ਜਿਹਨੂੰ ਵੀ ਜਦੋਂ ਵੀ ਤੁਸੀਂ ਜੋੜਨ ਦਾ ਉਪਰਾਲਾ ਕਰਨ ਲੱਗੋਗੇ ਨਾ, ਜੋੜਨ ਲੱਗੋਗੇ, ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਜੀ ਬੈਠਣਗੇ, ਤੁਹਾਡੀ ਜ਼ਿੰਦਗੀ ਦਾ ਗੱਡਾ ਇੰਨਾ ਭਰ ਜਾਏਗਾ, ਇੰਨਾ ਕਮਾਈ ਨਾਲ ਭਰ ਜਾਏਗਾ, ਜਿੱਧਰੋਂ ਵੀ ਲੰਘੋਗੇ ਪਿਆਰ ਦੀਆਂ ਲੀਆਂ ਪਾਉਂਦੇ ਹੀ ਲੰਘਿਆ ਕਰੋਗੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਸੰਧਲੀ ਪੈਣਾ ਪਾਉਂਦੇ ਹੀ ਲੰਘਿਆ ਕਰੋਗੇ। ਆ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਤੇ ਭਾਈ ਪ੍ਰਾਣਾ ਜੀ ਜਿੱਥੇ ਲੱਕੜੀਆਂ ਦੀ ਸੇਵਾ ਕਰਦੇ ਉੱਥੇ ਅੰਮ੍ਰਿਤ ਵੇਲੇ ਕਾਂ ਚ ਜੁੜਦੇ ਵੀ ਸੀ। ਹੁਣ ਗੱਲ ਸੁਣਨ ਵਾਲੀ ਜੀ, ਰੋਜ਼ ਕੋਈ ਨਾ ਕੋਈ ਟੁੱਟਿਆ ਇਹਨਾਂ ਨੂੰ ਮਿਲਦਾ ਨੂੰ ਜੋੜਦੇ ਨੇ ਗੁਰੂ ਨਾਨਕ ਦੇ ਘਰ ਨਾਲ, ਸੂਈ ਵਾਲਾ ਕੰਮ ਕਰਦੇ, ਸੀਵੀ ਜਾਂਦੇ ਨੇ, ਸੀਵੀ ਜਾਂਦੇ, ਬਸ ਜੁੜੇ ਸਹੀ, ਕੋਈ ਜਿੱਦਾਂ ਵੀ ਜੁੜੇ, ਜੁੜੇ ਸਹੀ ਦਰਦ। ਹੁਣ ਇੱਕ ਦਿਨ ਇਕਾਂਤ ਦੇ ਵਿੱਚ ਜੁੜੇ, ਮਨ ਇੰਨਾ ਜੁੜਿਆ, ਮਨ ਇੰਨਾ ਜੁੜਿਆ ਕਿ ਸਵੇਰ ਤੋਂ ਬੈਠੇ ਸ਼ਾਮਾਂ ਪੈ ਗਈਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਸਿਮਰਨ ਚੱਲੀ ਜਾਂਦਾ, ਅੰਦਰ ਚੱਲੀ ਜਾਂਦਾ, ਰਾਤ ਦੇ 7-8 ਵੱਜ ਗਏ। ਇਕਦਮ ਜਦੋਂ ਨੇਤਰ ਖੁੱਲੇ, ਕਹਿੰਦੇ ਉਹ ਅੱਜ ਤੇ ਸਾਰਾ ਦਿਨ ਬੀਤ ਗਿਆ ਇੰਨਾ ਬੈਠੀਆਂ ਹੀ, ਕਹਿੰਦੇ ਸਿਮਰਨ ਦੀ ਸੇਵਾ ਤੇ ਮਰਨ ਅੱਜ ਲੈ ਲਈ, ਬੰਦਗੀ ਦੀ ਸੇਵਾ ਇਕਾਂਤ ਚ ਬਹਿਣ ਦੀ ਤੇ ਲੈ ਲਈ, ਪਰ ਅੱਜ ਕਿਸੇ ਟੁੱਟੇ ਨੂੰ ਨਹੀਂ ਜੋੜਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਉਸ ਪੱਖੋਂ ਸਾਡੀ ਦਿਹਾੜੀ ਨਹੀਂ ਬਣੀ, ਅੱਜ ਟੁੱਟੇ ਨੂੰ ਜੋੜਿਆ ਨਹੀਂ, ਤੇ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰਿਆ ਧਿਆਨ, ਤੇ ਉਸ ਵੇਲੇ ਅਰਦਾਸ ਪਤਾ ਕੀ ਕੀਤੀ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਅੱਜ ਦਾ ਦਿਨ ਵੀ ਮੇਰਾ ਖਾਲੀ ਨਾ ਜਾਵੇ, ਕਿਰਪਾ ਦਾ ਖਾਤਾ ਖੋਲੋ, ਜਿਵੇਂ ਰੋਜ਼ ਮੇਰੇ ਕੋਲ ਟੁੱਟਿਆਂ ਨੂੰ ਜੋੜਨ ਦੀ ਸੇਵਾ ਲੈਂਦੇ ਹੋ ਨਾ, ਅੱਜ ਵੀ ਉਹ ਸੇਵਾ ਮੇਰੀ ਨਿਫਲ ਨਾ ਚਲੀ ਜਾਵੇ, ਖਾਲੀ ਨਾ ਚਲੀ ਜਾਵੇ, ਅੱਜ ਵੀ ਮੇਰੇ ਕੋਲੋਂ ਕਿਸੇ ਟੁੱਟੇ ਨੂੰ ਜੋੜਨ ਦੀ ਸੇਵਾ ਲਓ। ਹੁਣ ਬੰਦਗੀ ਵਾਲੇ ਨੇ ਜਦੋਂ ਕੀਤੀ ਅਰਦਾਸ ਤੇ ਉਧਰੋਂ ਵਿਧ ਕੀ ਬਣੀ, ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਇਕਾਂਤ ਵਿੱਚ ਬੈਠੇ ਨੇ, ਅਰਦਾਸ ਕਰਦੇ ਨੇ, ਤੇ ਪਿਆਰੇ ਉਹ ਹੋਇਆ ਕਿ ਇੱਕ ਲੱਖੂ ਤਾੜਵੀ ਕਟਾਰ ਹੱਥ ਵਿੱਚ ਫੜੀ ਹੈ ਤੇ ਡਾਕਾ ਮਾਰਨ ਲਈ ਨਿਕਲਿਆ, ਡਾਕਾ ਮਾਰਨ ਲਈ ਅੱਜ ਨਿਕਲਿਆ ਲੱਖੂ ਤਾੜਵੀ ਡਾਕਾ ਮਾਰਨ ਲਈ ਏ, ਪਰ ਅੱਜ ਉਹਨੂੰ ਕੀ ਪਤਾ ਗੁਰੂ ਦੇ ਪਿਆਰੇ ਸਿੱਖ ਨੇ ਮੇਰੀਆਂ ਭੈੜੀਆਂ ਆਦਤਾਂ ਦੇ ਉੱਤੇ ਹੀ ਡਾਕਾ ਮਾਰ ਦੇਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਲੱਖੂ ਤਾੜਵੀ ਉਧਰੋਂ ਦੀ ਨਿਕਲ ਰਿਹਾ, ਰਾਤ ਦਾ ਵੇਲਾ 8 ਵਜੇ ਦਾ ਸਮਾਂ, ਹਨੇਰਾ ਹੋਇਆ ਪਿਆ, ਕਦਮਾਂ ਦੀ ਆਹਟ ਸੁਣੀ ਭਾਈ ਪ੍ਰਾਣਾ ਜੀ ਨੇ ਤੇ ਆਵਾਜ਼ ਮਾਰੀ, ਕੌਣ ਹੈ ਝਾੜੀਆਂ ਦੇ ਕੋਲ, ਕੌਣ ਹੈ? ਤੇ ਉਸ ਵੇਲੇ ਇਹ ਲੱਖੂ ਤਾੜਵੀ ਡਾਕੇ ਮਾਰਦਾ, ਲੁੱਟਦਾ ਲੋਕਾਂ ਨੂੰ, ਉਹ ਕਹਿੰਦਾ ਤੂੰ ਕੀ ਲੈਣਾ ਮੇਰੇ ਕੋਲੋਂ, ਤੂੰ ਲੱਗਦਾ ਕੋਈ ਸਰਕਾਰ ਦਾ ਬੰਦਾ ਹੈ, ਤੂੰ ਮੈਨੂੰ ਫੜਾਉਣਾ, ਜਾ ਭੱਜ ਜਾ ਇੱਥੋਂ, ਜਾ ਚਲਿਆ ਜਾ ਇੱਥੋਂ, ਇਹ ਨਾ ਹੋਵੇ ਮੇਰੇ ਵਾਰ ਦੇ ਨਾਲ ਤੇਰੀ ਮੌਤ ਹੋ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਜਾ ਚਲਿਆ ਜਾ, ਤੂੰ ਮੈਨੂੰ ਲੱਗਦਾ ਸਰਕਾਰ ਕੋਲ ਫੜਾਉਣਾ। ਉਹ ਲੱਖੂ ਤਾੜਵੀ ਨੂੰ ਕੀ ਪਤਾ
ਅੱਜ ਝੂਠੀ ਸਰਕਾਰ ਕੋਲ ਨੇ, ਅੱਜ ਤੇ ਤੇਰਾ ਕੇਸ ਸੱਚੀ ਸਰਕਾਰ ਦੀ ਅਦਾਲਤ ਵਿੱਚ ਲੱਗਣਾ ਹੀ। ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਉਹ ਕੌੜੇ ਬੋਲ ਬੋਲਦਾ ਹੈ, ਲੱਖੂ ਧਾੜ ਪੁਰਾਣਾ ਜੀ ਮਿੱਠੇ ਬੋਲ ਬੋਲਦੇ ਨੇ। ਉਹ ਕਹਿੰਦੇ ਕੌਣ ਹੈ ਤੂੰ ਦੱਸ ਤਾਂ ਸੀ, ਉਹਨੇ ਬਾਹਾਂ ਕੜਾ ਲਈਆਂ। ਕਹਿੰਦਾ ਮੇਰਾ ਨਾਂ ਹੀ ਦੱਸ ਲੱਖੂ ਧਾੜਵੀ, ਕੀ ਕਰਨਾ ਹੈ? ਮੇਰਾ ਨਾਂ ਲੱਖੂ ਧਾੜਵੀ, ਦੱਸ ਕੀ ਕਰਨਾ ਹੈ? ਤੇ ਉਸ ਵੇਲੇ ਨਾ ਭਾਈ ਪੁਰਾਣਾ ਜੀ ਕਹਿੰਦੇ ਬਹਿ ਜਾ ਮੇਰੇ ਕੋਲ, ਦੋ ਮਿੰਟ ਬਹਿ ਜਾ, ਆ ਜਾ ਸਤਸੰਗ ਕਰ ਲਈਏ। ਹੁਣ ਜੋੜਨ ਦਾ ਉਪਰਾਲਾ ਕਰਨ ਲੱਗੇ ਨਾ ਤੇ ਬਹਿ ਗਏ ਗੁਰੂ ਨਾਨਕ ਰਸਨਾ ਤੇ। ਹੁਣ ਜੋੜਨ ਦਾ ਉਪਰਾਲਾ ਸ਼ੁਰੂ ਹੋਇਆ ਨਾ, ਗੁਰੂ ਨਾਨਕ ਜੀ ਰਸਨਾ ਤੇ ਬਹਿ ਗਏ। ਉਹ ਕਹਿੰਦੇ ਆ ਦੋ ਮਿੰਟ ਸਤਸੰਗ ਕਰ ਲਈਏ। ਕਹਿੰਦਾ ਸਤਸੰਗ ਕਰਨਾ, ਉਹ ਕੀ ਹੁੰਦਾ? ਉਹ ਕੌੜੇ ਬੋਲ ਬੋਲੀ ਜਾਂਦਾ। ਭਾਈ ਪੁਰਾਣਾ ਜੀ ਮਿੱਠੇ ਬੋਲ, ਦੇਖੋ ਜੋ ਵੀ ਹੈ ਨਾ, ਜਿਹੜੇ ਕਰਨੀ ਵਾਲੇ ਮਹਾਂਪੁਰਖ ਨੇ, ਕਮਾਈ ਵਾਲੇ ਸਾਧੂ ਮਹਾਤਮਾ ਨੇ, ਗੁਰਸਿੱਖ ਰੰਗੀਆਂ ਰੂਹਾਂ ਨੇ, ਆਪਣਾ ਸੁਭਾਅ ਨਹੀਂ ਛੱਡਦੇ। ਬਿੱਛੂ ਡੁੱਬਦਾ ਸੀ, ਮਹਾਂਪੁਰਖਾਂ ਨੇ ਬਾਹਰ ਕੱਢਿਆ, ਉਹਨੇ ਡੰਗ ਮਾਰਿਆ, ਹੱਥ ਕੰਬਿਆ, ਫਿਰ ਡਿੱਗ ਪਿਆ। ਦੂਜੀ ਵਾਰੀ, ਤੀਜੀ ਵਾਰੀ ਜਦੋਂ ਏਦਾਂ ਕਰਦੇ ਨੇ, ਹੱਥ ਕੰਬਦਾ, ਡਿੱਗ ਪੈਂਦਾ, ਸੇਵਾਦਾਰ ਕਹਿੰਦਾ ਮਹਾਂਪੁਰਖੋ ਕੀ ਕਰਦੇ ਹੋ, ਇਹਨੂੰ ਤੁਸੀਂ ਬਚਾਉਂਦੇ ਤੇ ਡੰਗ ਮਾਰੀ ਜਾਂਦਾ। ਕਹਿੰਦੇ ਡੰਗ ਮਾਰਦਾ ਕਿਉਂ ਹੈ? ਕਹਿੰਦੇ ਇਹਦਾ ਸੁਭਾਅ ਹੀ ਡੰਗ ਮਾਰਨਾ ਤਾਂ ਮਾਰਦਾ। ਹੱਸ ਪਏ, ਕਹਿਣ ਲੱਗੇ ਜੇ ਇੱਕ ਜਾਨਵਰ ਹੋ ਕੇ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਸਕਦਾ ਤੇ ਮੈਂ ਇੱਕ ਗੁਰੂ ਦਾ ਸਿੱਖ ਹੋ ਕੇ ਇਹਨੂੰ ਬਚਾਉਣ ਵਾਲਾ ਸੁਭਾਅ ਕਿਵੇਂ ਛੱਡਦੇ ਹਾਂ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਜਿਹੜੇ ਰੱਬ ਦੇ ਰੰਗੇ ਗੁਰਸਿੱਖ ਹੁੰਦੇ ਆਪਣਾ ਮਿਠਾਸ ਵਾਲਾ ਸੁਭਾਅ ਨਹੀਂ ਛੱਡਦੇ। ਹੁਣ ਤੁਹਾਡੇ ਕੋਲੋਂ ਗਲਤੀ ਨਾਲ ਮਿਰਚਾਂ ਖਾਧੀਆਂ ਜਾਣ, ਮਿਰਚਾਂ ਦੇ ਉੱਤੋਂ ਮਿਰਚਾਂ ਖਾਈ ਚੱਲੋ, ਕੌੜਾਪਨ ਘਟੇਗਾ ਕਿ ਵਧੇਗਾ? ਵਧੇਗਾ ਨਾ। ਜੇ ਮਿਰਚਾਂ ਖਾਧੀਆਂ ਗਈਆਂ, ਸਿਆਣੇ ਪੁਰਸ਼ ਕਹਿੰਦੇ ਦੋ ਦਾਣੇ ਖੰਡ ਦੇ ਖਾ ਲਿਆ ਭਾਈ, ਥੋੜਾ ਜਿਹਾ ਗੁੜ ਖਾ ਲਿਆ, ਉਹਦੇ ਨਾਲ ਕੁੜੱਕਣ ਘਟੇਗੀ। ਜੇ ਕੋਈ ਤੁਹਾਨੂੰ ਕੌੜੇ ਬੋਲ ਬੋਲਦਾ ਹੈ ਨਾ, ਕੌੜੇ ਬੋਲਾਂ ਦਾ ਜਵਾਬ ਕੌੜੇ ਬੋਲ ਨਾਲ ਨਹੀਂ, ਮਿਠਾਸ ਨਾਲ ਦਿਓ, ਨਿਮਰਤਾ ਨਾਲ ਦਿਓ, ਅਗਲੇ ਦੇ ਉੱਤੇ ਵੀ ਉਹ ਗੱਲ ਅੱਜ ਨਹੀਂ ਤੇ ਕੱਲ ਅਸਰ ਕਰੇਗੀ ਹੀ ਕਰੇਗੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਉੱਥੇ ਲਿਆਓ ਬਿਰਤੀ। ਮਹਾਂਪੁਰ ਕਹਿੰਦੇ ਭਾਈ ਪੁਰਾਣਾ ਜੀ ਕਹਿੰਦੇ ਆ ਦੋ ਮਿੰਟ ਬਹਿ ਜਾ, ਸਤਸੰਗ ਕਰ ਲਈਏ। ਹੁਣ ਜਦੋਂ ਇਹ ਮਿੱਠੇ ਬੋਲਾਂ ਨਾਲ ਕਹਿਣਾ ਸ਼ੁਰੂ ਕੀਤਾ ਨਾ, ਉਹਦੇ ਉੱਤੇ ਥੋੜਾ ਥੋੜਾ ਅਸਰ ਹੋਣ ਲੱਗ ਪਿਆ ਤੇ ਇੰਨੀ ਗੱਲ ਕਹਿ ਕੇ ਨਾ ਭਾਈ ਪੁਰਾਣਾ ਜੀ ਨੇ ਉਹਦੇ ਪੈਰ ਫੜ ਲਏ। ਹੁਣ ਮਹਾਂਪੁਰ ਕਿਸੇ ਦਾ ਹੱਥ ਫੜ ਲੈਣ, ਪੈਰ ਫੜ, ਉਹ ਵਾਈਬ੍ਰੇਸ਼ਨ ਤੇ ਜਾਂਦੀ ਹੈ ਨਾ, ਵਾਈਬ੍ਰੇਸ਼ਨ ਉਹ ਕੰਮ ਬੜਾ ਕਰਦੀ ਹੈ, ਪ੍ਰਭਾਵ ਕਰਦੀ ਹੈ, ਉਹ ਜਿਹੜੀਆਂ ਤਰੰਗਾਂ ਨੇ ਇੱਕਦਮ ਦੂਜੇ ਦੇ ਸਰੀਰ ਵਿੱਚ ਫੈਲ ਜਾਂਦੀਆਂ। ਜਦੋਂ ਮਹਾਂਪੁਰਖਾਂ ਨੇ ਉਹਦੇ ਪੈਰ ਫੜੇ ਭਾਈ ਪੁਰਾਣਾ ਜੀ ਨੇ ਤੇ ਇੰਨੀ ਗੱਲ ਕਹੀ, ਪਿਆਰਿਆ ਦੋ ਮਿੰਟ ਬਹਿ ਜਾ, ਸਤਸੰਗ ਕਰ ਲਈਏ। ਹੁਣ ਗੁਰੂ ਨਾਨਕ ਜੀ ਬੈਠੇ ਰਸਨਾ ਤੇ, ਹੱਥਾਂ ਦੀ ਵਾਈਬ੍ਰੇਸ਼ਨ ਨੇ ਵੀ ਪ੍ਰਭਾਵ ਪਾਇਆ ਤੇ ਅੱਗੋਂ ਪਤਾ ਕੀ ਕਹਿੰਦਾ? ਕਹਿੰਦਾ ਅੱਛਾ ਥੋੜਾ ਟਾਈਮ ਹੀ ਮੈਂ ਬਹਿਣਾ ਹੀ, ਜੋ ਗੱਲ ਕਰਨੀ ਤੂੰ ਮੇਰੇ ਨਾਲ ਕਰ ਲੈ। ਪੁਰਾਣਾ ਜੀ ਆਪਣੇ ਅੰਦਰ ਹੀ ਹੱਸ ਪਏ, ਇੰਨੀ ਗੱਲ ਮੰਨ ਲਈ, ਹੁਣ ਬਾਕੀ ਵੀ ਮੰਨ ਲਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਬੈਠਾ ਤੇ ਭਾਈ ਪੁਰਾਣਾ ਜੀ ਨੇ ਬਚਨ ਦਾ ਪਹਿਲਾ ਤੀਰ ਮਾਰਿਆ। ਹੁਣ ਬੈਠੇ ਸੀ ਗੁਰੂ ਨਾਨਕ ਰਸਨਾ ਤੇ, ਬਚਨ ਦਾ ਪਹਿਲਾ ਤੀਰ ਮਾਰਿਆ। ਕਹਿੰਦੇ ਜਿਹੜੇ ਇਹ ਡਾਕੇ ਮਾਰਦਾ, ਡਾਕੇ ਮਾਰ ਕੇ ਇਹਦੇ ਨਾਲ ਕੱਲਾ ਹੀ ਰੋਟੀ ਖਾਂਦਾ ਕਿ ਪਰਿਵਾਰ ਵੀ? ਕਹਿੰਦਾ ਮੇਰਾ ਪੂਰਾ ਪਰਿਵਾਰ, ਘਰ ਵਾਲੀ ਹੈ, ਬੱਚੇ ਸਾਰੇ ਖਾਂਦੇ ਨੇ। ਪਿਆਰਿਆ ਇੱਕ ਗੱਲ ਤੇ ਦੱਸ, ਡਾਕੇ ਮਾਰਦਾ ਤੂੰ
ਖਾਂਦਾ ਸਾਰਾ ਪਰਿਵਾਰ ਤੇਰੇ ਨਾਲ। ਤੇ ਇੱਕ ਗੱਲ ਦੱਸ, ਜਦੋਂ ਦਰਗਾਹ ਵਿੱਚ ਇਹ ਮਾੜੇ ਕੰਮਾਂ ਦਾ ਲੇਖਾ ਹੋਏਗਾ, ਤੂੰ ਦੇਵੇਂਗਾ ਕਿ ਪਰਿਵਾਰ ਵੀ ਦੇਵੇਗਾ? ਗੁਰੂ ਨਾਨਕ ਬੈਠੇ ਸੀ ਰਸਨਾ ਤੇ, ਹੁਣ ਗੱਲਾਂ ਤੇ ਉਹੀ ਹੁੰਦੀਆਂ। ਆਮ ਬੰਦਾ ਕਰੇ ਪ੍ਰਭਾਵ ਕੁਝ ਹੋਰ ਪੈਂਦਾ, ਜਦੋਂ ਕਮਾਈ ਵਾਲੇ ਬੋਲਣ ਆ ਦਿਲ ਦੇ ਉੱਤੇ ਅਸਰ ਕਰਦੀਆਂ ਗੱਲਾਂ। ਗੋਲੀ ਤੇ ਹੁਣ ਮੰਨ ਲਓ ਦੋ ਗੋਲੀਆਂ ਪਈਆਂ ਨੇ ਪਿਸਤੌਲ ਦੀਆਂ, ਏਦਾਂ ਫੜੀਆਂ ਕਿਸੇ ਨੇ ਕਿਸੇ ਵੱਲ, ਏਦਾਂ ਮਾਰਤੀਆਂ ਜਿਹੋ ਜਿਹਾ ਵੱਟਾ ਉਹੋ ਜਿਹੀ ਗੋਲੀ, ਪਰ ਉਹੋ ਹੀ ਗੋਲੀ ਜਦੋਂ ਪਿਸਤੌਲ ਵਿੱਚ ਭਰ ਕੇ ਵੱਜਦੀ, ਸਾਹਮਣੇ ਵਾਲੇ ਦੀ ਜਾਨ ਨਿਕਲ ਜਾਂਦੀ। ਬਸ ਆਹੀ ਚੀਜ਼ ਹੈ, ਕਮਾਈ ਵਾਲੇ ਜਦੋਂ ਬੋਲਦੇ ਨੇ ਪਿਆਰੇ, ਉਹ ਸਾਹਮਣੇ ਵਾਲੇ ਦੇ ਖਿਰਦੇ ਦੇ ਅੰਦਰ ਗੱਲ ਵੜ ਜਾਂਦੀ, ਪੂਰੀ ਅੰਦਰ ਵੜ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰ ਕਹਿੰਦੇ ਜਦੋਂ ਲੇਖਾ ਹੋਏਗਾ ਤੂੰ ਦੇਵੇਂਗਾ ਕਿ ਤੇਰਾ ਪਰਿਵਾਰ ਵੀ। ਹੁਣ ਸੋਝੀ ਆ ਰਹੀ, ਉਹ ਗੁਰੂ ਨਾਨਕ ਰਸਨਾ ਤੇ ਬੈਠਾ ਭਾਈ ਪੁਰਾਣਾ, ਉਹ ਵਾਈਬ੍ਰੇਸ਼ਨ ਕਹਿੰਦਾ ਲੇਖਾ ਤੇ ਮੈਨੂੰ ਹੀ ਦੇਣਾ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੈਠੇ ਬੈਠੇ ਭਾਈ ਪਿਰਾਣਾ ਜੀ ਨੇ ਚਾਨਣਾ ਕਰਾਤਾ, ਉਹ ਜਿਨ੍ਹਾਂ ਲਈ ਤੂੰ ਮਾੜੇ ਕੰਮ ਕਰਦਾ ਕਿਸੇ ਨੇ ਤੇਰੇ ਨਾਲ ਨਹੀਂ ਉਹ ਨਿਭਣਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸਤਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਲੇਖਾ ਤੇ ਤੇਰਾ ਹੋਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਜਦੋਂ ਇੰਨੀ ਗੱਲ ਕਹੀ ਨਾ ਭਾਈ ਪੁਰਾਣਾ ਜੀ ਨੇ, ਤੇ ਅੱਗੋਂ ਇਹਨੇ ਜਵਾਬ ਦਿੱਤਾ ਲੇਖਾ ਤੇ ਮੈਨੂੰ ਦੇਣਾ, ਇਕਦਮ ਚਾਨਣ ਹੋ ਗਿਆ, ਚਾਨਣ ਸੋਝੀ ਹੋ ਗਈ। ਉਹ ਜਿਹੜੀ ਕਟੋਰ ਹੱਥੋਂ ਛੁੱਟ ਗਈ ਤੇ ਜਿਹੜੇ ਹੱਥ ਸੀ ਨਾ ਉਹ ਭਾਈ ਪੁਰਾਣੇ ਦੇ ਪੈਰਾਂ ਵੱਲ ਚਲੇ ਗਏ। ਤੇ ਭਾਈ ਪੁਰਾਣਾ ਜੀ ਕਹਿੰਦੇ ਮੇਰੇ ਪੈਰ ਨਾ ਫੜ, ਉਹ ਜਿਨ੍ਹਾਂ ਦੇ ਚਰਨ ਮੈਂ ਹਿਰਦੇ ਚ ਵਸਾਏ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ, ਉਹਨਾਂ ਦੇ ਚਰਨ ਫੜ ਲੈ ਜੀ, ਉਹਨਾਂ ਦੇ ਦਰਸ਼ਨ ਕਿੱਥੇ ਹੋਣਗੇ। ਹੁਣ ਇਹਨਾਂ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਭਾਈ ਪੁਰਾਣਾ ਜੀ, ਲੱਖੂ ਧਾੜਵੀ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਆਏ। ਰਾਹ 'ਚ ਵੀ ਗੁਰੂ ਦੀਆਂ ਵਡਿਆਈਆਂ, ਗੁਰੂ ਦੀਆਂ ਸਿਫਤਾਂ ਕਰਦੇ ਹੋਏ ਆਏ। ਹੁਣ ਜਦੋਂ ਪਹੁੰਚੇ ਨਾ, ਤੇ ਉਸ ਵੇਲੇ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਲੱਖੂ ਧਾੜਵੀ ਨੇ, ਤੇ ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਤੇਰਾ ਨਾਂ ਕੀ? ਕਹਿੰਦਾ ਜੀ ਮੇਰਾ ਨਾਂ ਲੱਖੂ। ਕਰਦਾ ਕੀ ਹੈ? ਹੁਣ ਇਹਦਾ ਮਨ ਜਾਗ ਚੁੱਕਿਆ ਸੀ, ਸੰਗਤ ਦਾ ਅਸਰ ਹੋ ਚੁੱਕਿਆ ਸੀ। ਮਹਾਰਾਜ ਕਹਿੰਦੇ ਕਰਦਾ ਕੀ ਹੈ? ਕਹਿੰਦਾ ਮਹਾਰਾਜ ਇਸ ਧਰਤੀ ਦੇ ਉੱਤੇ ਮੇਰੇ ਤੋਂ ਵੱਡਾ ਦੂਜਾ ਪਾਪੀ ਹੋ ਹੀ ਨਹੀਂ ਸਕਦਾ। ਮੈਂ ਇੰਨੇ ਗੁਨਾਹ ਕੀਤੇ ਨੇ, ਇੰਨੇ ਪਾਪ ਕੀਤੇ, ਮੇਰੇ ਵਰਗਾ ਪਾਪੀ ਦੂਜਾ ਹੈ ਹੀ ਕੋਈ ਨਹੀਂ। ਤੇ ਮਹਾਰਾਜ ਜੀਆਂ ਨੇ ਫਿਰ ਇਹਨੂੰ ਬਚਣ ਦਿੱਤੇ ਦੋ। ਪਤਾ ਕੀ ਮਹਾਰਾਜ ਕਹਿੰਦੇ, ਇੱਕ ਤੇ ਸਤ ਸੰਗਤ ਦੇ ਜੂਠੇ ਬਰਤਨ ਮਾਂਜਿਆ ਕਰ। ਜੇ ਪਾਪ ਚੜਾਉਣੇ ਆ ਨਾ, ਪਾਪ ਉਤਰਵਾਉਣੇ ਆ, ਚੜਵਾਉਣੇ ਨੇ ਪਾਪ, ਤੇ ਪਿਆਰਿਆ ਸੰਗਤ ਦੇ ਜੂਠੇ ਬਰਤਨ ਮਾਂਜਿਆ ਕਰ। ਤੇ ਦੂਜਾ ਬਚਨ ਦਿੱਤਾ, ਗੁਰੂ ਘਰ ਦੇ ਵਿੱਚ ਝਾੜੂ ਦੇਣ ਦੀ ਸੇਵਾ ਕਰਿਆ ਕਰ। ਦੇਖੋ ਆ ਪਾਪਾਂ ਨੂੰ ਚੜਵਾਉਣ ਦੇ ਦੋ ਬੜੇ ਪਿਆਰੇ ਢੰਗ ਨੇ। ਕਹਿੰਦੇ ਇੱਕ ਤੇ ਸੰਗਤ ਦੇ ਜੂਠੇ ਬਰਤਨ ਮਾਂਜਿਆ ਕਰ, ਦੂਜਾ ਝਾੜੂ ਦਿਆ ਕਰ। ਉਹ ਜਿਉਂ ਜਿਉਂ ਤੂੰ ਗੁਰੂ ਨਾਨਕ ਦੇ ਘਰ ਦੇ ਉੱਤੇ ਝਾੜੂ ਦੇਵੇਂਗਾ, ਉਹ ਗੁਰੂ ਨਾਨਕ ਤੇਰੇ ਖਿਰਦੇ ਦੇ ਉੱਤੋਂ ਪਾਪਾਂ ਨੂੰ ਝਾੜੂ ਦੇਵੇਗਾ। ਬੋਲੇ ਸੋਨਿਹਾਲ ਭਾਈ ਪੁਰਾਣਾ ਜੀ ਦੇ ਸਦਕਾ। ਵੇਖੋ ਇੱਕ ਡਾਕੇ ਮਾਰਨ ਵਾਲਾ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਚ ਆਇਆ, ਮਹਾਰਾਜ ਦੀ ਸ਼ਰਨ ਚ। ਦੋ ਬਚਨ ਲਿੱਤੇ ਤੇ ਫਿਰ ਮਹਾਰਾਜ ਨੇ ਇਹਨੂੰ ਚਰਨ ਪੌਲ ਦੇ ਕੇ ਸਿੱਖ ਬਣਾ ਲਿਆ, ਲੱਖੂ ਧਾੜਵੀ ਤੋਂ ਬਣ ਗਿਆ ਭਾਈ ਲੱਖੂ।
ਤੇ ਅੱਜ ਕਾਫੀ ਚਿਰ ਤੋਂ ਬਾਅਦ ਨਾ ਭਾਈ ਲੱਖੋ ਕਹਿੰਦੇ ਨੇ ਭਾਈ ਪ੍ਰਾਣਾ ਜੀ ਨੂੰ ਪ੍ਰਾਣਿਆ ਮੇਰੇ ਉੱਤੇ ਕਿਰਪਾ ਕੀਤੀ ਆ ਤੂੰ ਬਖਸ਼ਿਸ਼ ਕੀਤੀ ਗੁਰੂ ਦੇ ਲੜ ਮੈਨੂੰ ਲਾਇਆ ਤੇ ਹੁਣ ਕਿਰਪਾ ਕਰ ਮੈਨੂੰ ਗੁਰਬਾਣੀ ਵੀ ਤੇ ਸਿਖਾ ਭਾਈ ਪ੍ਰਾਣਾ ਜੀ ਨੇ ਪਿਆਰੇ ਉਹ ਭਾਈ ਲੱਖੂ ਨੂੰ ਜਪਜੀ ਸਾਹਿਬ ਜੀ ਦਾ ਪਾਠ ਕੰਠ ਕਰਵਾਇਆ ਖੋ ਧੰਨ ਗੁਰੂ ਰਾਮਦਾਸ ਜੀ ਇਹਨਾਂ ਨੇ ਜਦੋਂ ਪਾਠ ਜ਼ਬਾਨੀ ਕੰਠ ਕਰ ਲਿਆ ਨਾ ਭਾਈ ਲੱਖੂ ਜੀ ਨੇ ਏਡਾ ਗੁਰਬਾਣੀ ਨਾਲ ਪਿਆਰ ਕੀਤਾ ਕਿ ਰੋਜ਼ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਚਾ ਇੱਕ ਚੌਂਕੜੇ ਦੇ ਉੱਤੇ ਕੁਝ ਖਾਣ ਤੋਂ ਪਹਿਲਾਂ ਰੋਜ਼ ਦਾ ਭਾਈ ਲੱਖੂ ਨੇ 25 ਪਾੜ ਜਪਜੀ ਸਾਹਿਬ ਕਰਨ ਦਾ ਨਿਤਨੇਮ ਬਣਾ ਲਿਆ ਜਦੋਂ ਕਾਫੀ ਸਮਾਂ ਲੰਘਿਆ ਮੈਂ ਇਹਨਾਂ ਨੂੰ ਨਿਤਨੇਮ ਕਰਦਿਆਂ ਮਹਾਰਾਜ ਨੇ ਵੇਖਿਆ ਹੁਣ ਇਹਨਾਂ ਤੇ ਕਿਰਪਾ ਵਰਤ ਗਈ ਤੇ ਮਹਾਰਾਜ ਦਿਆਲੂ ਹੋਏ ਤੇ ਕੀ ਕਹਿੰਦੇ ਕਹਿੰਦੇ ਜਿਹੜੀ ਡਿਊਟੀ ਭਾਈ ਪ੍ਰਾਣਾ ਕਰਦਾ ਨਾ ਹੁਣ ਤੂੰ ਵੀ ਕਰਿਆ ਕਰ ਦੇਖੋ ਇੱਕ ਧਾੜਵੀ ਏ ਡਾਕੇ ਮਾਰਨ ਵਾਲਾ ਲੁੱਟਣ ਵਾਲਾ ਮਹਾਰਾਜ ਉਹਨੂੰ ਸੰਤ ਬਣਾਉਣ ਲੱਗੇ ਜੀ ਜੋੜਨ ਵਾਲਾ ਬਣਾਉਣ ਲੱਗੇ ਕਹਿੰਦੇ ਜਿਹੜੀ ਡਿਊਟੀ ਜਿਹੜੀ ਸੇਵਾ ਟੁੱਟੀਆਂ ਨੂੰ ਜੋੜਨ ਦੀ ਭਾਈ ਪ੍ਰਾਣਾ ਕਰਦਾ ਨਾ ਹੁਣ ਤੂੰ ਵੀ ਕਰਿਆ ਕਰ ਲਾਹੌਰ ਜਾ ਤੇ ਅੱਗੋਂ ਦੀਵੇ ਤੋਂ ਦੀਵਾ ਜਗਾਈ ਚੱਲ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਲਾਹੌਰ ਆਏ ਟੁੱਟਿਆਂ ਨੂੰ ਜੋੜਦੇ ਨੇ ਜਿਹਨੂੰ ਜੋ ਬਚਨ ਕਰਦੇ ਨੇ ਉਹ ਬਚਨ ਪੂਰਾ ਹੁੰਦਾ ਹੈ ਕਿਉਂਕਿ ਗੁਰੂ ਨਾਨਕ ਰਸਨਾ ਤੇ ਬਹਿ ਗਿਆ ਨਾ ਇਹਨਾਂ ਦੀ 25 ਪੌੜ ਰੋਜ਼ ਜਪਜੀ ਸਾਹਿਬ ਦੇ ਕਰਨੇ ਤੇ ਇਹ ਉਹੋ ਹੀ ਭਾਈ ਲੱਖੂ ਏ ਜਿਹਨੇ ਕਹਿਤਾ ਸੀ ਬੁੱਧੂ ਦਾ ਆਵਾ ਕੱਚਾ ਬੁੱਧੂ ਦਾ ਆਵਾ ਕੱਚਾ ਜਿਹਦੇ ਬਚਨਾਂ ਕਰਕੇ ਮਰਨ ਇੱਥੋਂ ਤੱਕ ਕਹਿਤਾ ਸੀ ਉਹ ਬੁੱਧੂ ਸ਼ਾਹ ਇੱਕ ਨਾਮ ਜਪਣ ਵਾਲੇ ਨੇ ਕਿਹਾ ਬੁੱਧੂ ਦਾ ਆਵਾ ਕੱਚਾ ਇੱਟਾਂ ਤੇਰੀਆਂ ਕੱਚੀਆਂ ਹੀ ਰਹਿਣਗੀਆਂ ਜਦੋਂ ਉਹਨੇ ਕਿਹਾ ਮਰ ਮੇਰਾ ਇੰਨਾ ਨੁਕਸਾਨ ਮਰ ਕਹਿੰਦੇ ਬਚਨ ਕਰਦੇ ਆ ਮੌਸਮ ਕੁਝ ਇਹੋ ਜਿਹਾ ਬਣੇਗਾ ਤੇਰੀਆਂ ਕੱਚੀਆਂ ਵੀ ਪੱਕੇ ਭਾਵ ਵਿਕਣਗੀਆਂ ਪਰ ਰਹਿਣਗੀਆਂ ਕੱਚੀਆਂ ਹੀ ਕਿਉਂਕਿ ਇੱਕ ਨਾਮ ਜਪਣ ਵਾਲੇ ਨੇ ਕਿਹਾ ਦੇਖੋ ਏਡਾ ਮਾਣ ਗੁਰੂ ਘਰ ਚੋਂ ਮਿਲਿਆ ਮਰ ਕਹਿੰਦੇ ਉਹਦਾ ਬਚਨ ਅੱਗੇ ਤੇ ਮੇਰਾ ਪਿੱਛੇ ਆ ਜੇ ਸਾਡਾ ਸਤਿਗੁਰੂ ਆ ਜੇ ਪੂਰਾ ਸਾਹਿਬ ਜੇ ਉਹ ਕਿਰਪਾ ਦਾ ਖਾਤਾ ਖੋਲਣ ਤੇ ਆ ਜੇ ਇੱਕ ਡਾਕੇ ਮਾਰਨ ਵਾਲੇ ਨੂੰ ਵੀ ਦੂਜਿਆਂ ਨੂੰ ਜੋੜਨ ਵਾਲਾ ਬਣਾ ਸਕਦਾ ਉਹਦੇ ਘਰ ਕਿਹੜਾ ਘੱਟ ਹੈ ਤੇ ਅੱਜ ਕਰੋ ਅਰਦਾਸ ਮਹਾਰਾਜ ਕਿਰਪਾ ਦਾ ਖਾਤਾ ਖੋਲੋ ਮੇਹਰ ਦਾ ਖਾਤਾ ਖੋਲੋ ਅਸੀਂ ਵੀ ਪੈਰ ਪੈਰ ਤੇ ਗੁਣਾ ਕਰਨ ਵਾਲੇ ਹਾਂ ਪਰ ਸਾਡੇ ਗੁਣ ਔਗਣ ਨਾ ਤੱਕੋ ਜੀ ਆਪਣੀ ਬਖਸ਼ੀਸ਼ ਦੇ ਖਾਤੇ ਵਿੱਚੋਂ ਆ ਜਿੰਨਾ ਪਰਿਵਾਰ ਇੱਥੇ ਬੈਠਾ ਲਾਈਵ ਦੇ ਮਾਧਿਅਮ ਰਾਹੀਂ ਜੁੜਿਆ ਜਾਂ ਜੁੜਦਾ ਜਿੱਥੇ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ 'ਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬੈਠੇ ਨੇ ਨਾ ਬਾਪੂ ਜੀ ਇੱਕ ਇੱਕ ਤੇ ਇਹੋ ਜੀ ਕਿਰਪਾ ਕਰ ਦਿਓ ਕੱਲਾ ਇੱਕ ਇੱਕ ਨੂੰ ਜੋੜੋ ਨਾ ਇੱਕ ਇੱਕ ਨੂੰ ਲੱਖਾਂ ਲੱਖਾਂ ਨੂੰ ਜੋੜਨ ਵਾਲਾ ਬਣਾ ਦਿਓ ਸਤਿ ਸ੍ਰੀ ਅਕਾਲ ਤੁਹਾਡੇ ਘਰ ਕੋਈ ਘਾਟਾ ਨਹੀਂ ਸੱਚੇ ਸਾਹਿਬਾ ਕਿਆ ਨਾਹੀ ਘਰ ਤਾਂ ਤੇਰਾ ਜਿਸ ਦੇ ਹੈ ਸੋ ਬੜਾ ਵੱਡਾ ਦਾਤਾ ਵੱਡੀਆਂ ਦਾਤਾਂ ਮੰਗੋ ਜਿੱਥੇ ਦੇ ਅਰੋਗਤਾ ਮੰਗਦੇ ਹੋ ਜਿੱਥੇ ਘਰਾਂ ਦੇ ਸੁੱਖ ਮੰਗਦੇ ਹੋ ਜਿੱਥੇ ਹੋਰ ਚੀਜ਼ਾਂ ਕਾਰੋਬਾਰਾਂ ਦੀਆਂ ਬਰਕਤਾਂ ਮੰਗਦੇ ਹੋ ਬਾਕੀ ਚੀਜ਼ਾਂ ਮੰਗਦੇ ਹੋ ਨਾ ਆਹ ਵੀ ਜ਼ਰੂਰ ਮੰਗੋ ਬਾਪੂ ਜੀ ਮੈਂ ਗਰੀਬ ਤੇ ਵੀ ਕਿਰਪਾ ਕਰ ਮੇਰੇ ਕੋਲੋਂ ਵੀ ਟੁੱਟਿਆਂ ਨੂੰ ਜੋੜਨ ਦੀ ਸੇਵਾ ਲੈ ਵੱਡੀ ਸੇਵਾ ਇਹ ਵੀ ਮੇਰੇ ਕੋਲੋਂ ਲਿਆ ਕਰ ਕੀਰਤਨ ਦੀ ਹੁਣ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ
ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ,
ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ ਇੱਕ ਤੇਰੀ, ਦੋ ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 9815098150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ਿਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।